सर्व कला बने आई प्रगट पई सगले जुग अंतर गुरु नानक की बड़ियाई अंगीकार कियो मेरे करते गौर पूरे की बड़ियाई आप चल नेम धरी गुरु नानक नित नित चढ़े सुभाई आओ गुर सिखो वीर बजुर्ग माई पाई अति बड़े भागां वाले हन जो घोर कलयुग दे विच आपां नूं समां ऐसा मिलिया ऐसा समां मिलिया है जैसा सतगुरु सुनी दा तैसो ही मैं डीठ बिछड़िया मेले प्रभु हर दरगे का वासीठ हर नामो मंत्र दंडा कटे होमा रोग नानक सतगुर तिन्ना मलाया जिन धुरे पाया संयोग सो आओ गुरसिख वीर बजुर्ग माई पाई अते वड्डे भागां वाले हन सो सब नूं जी आया जी आया जी आए सब गुरसिखां नूं लख लख वधाई होवे जो बाबा जी दी मेहर ध्रुव माता दा पुत्र ध्रुव धन माता धन पिता धन कुल सो जिहड़े बाबा जी दे इत्थे बिघम रहिंदे आ बाहरले ठाठां च रहिंदे आ उहनां दीआं धन माता धन पिता धन कुल हजूर ने कृपा कीती है गुरपीरां की चाकरी महाकाली सुखसार बाबा जी ने कृपा कीती है सब जिन्ने भी बिघमन इन्हां नूं भी लख लख बधाई इन्हां दे परिवारां नूं माता जी पिता जी उन्हां नूं भी लख लख बधाई है तो बहुत वड्डे भाग हन जो गुरसिख बैठे आए माइयां बीबियां बैठियां हन सो सारिआं नूं सांझी लख लख बधाई होवे बधाई होवे बाबा जी ने कृपा कीती है सो आपां बैकुंठ विच बैठे हाँ बड़ी ठंडी शक्ति दी जगह है बाबा जी ने कृपा कीती इत्थे बहुत वड्डी डूंगी विचार है भी बाबा जी दी संगत मिली पिता जी नूं बाबा जी नूं बाबा आनंद सिंह महाराज जी संगत मिली अनेक ही इतिहास साखियां हन संगत दे विचों गुरमुखों एडे एडे परचे पए बहुत वड्डे जे गुरु कृपा करे ना फिर ही परचा चो पास हो सकता नहीं हो नहीं सकता भी गुरु परचा भी तू पावे ते बांह फड़ के कढ़े भी तू ही ता इस जिलण विचों मात लोग विचों निकल सकद नहीं बंदा निकल नहीं सकता इस करके बेअंती परचे पए देखो पिता जी 7 साल बुटर मंगे रहे उन्हां समय च हुंदा सी जे मोगे नूं जाना तां होर पासे दी जाना उदों ऐसा समां हुंदा बुटर बजदी नंगे ही नहीं 7 साल फिर जदों ब्याह दा समां होया वड्डे बाबा जी कोले बेनती कीती बाबा जी कहिंदे करना चाहीदा करो बड़े भाव जाग गए उस टाइम ते 20-25 साल बाद सदी जागी सी बाबे दे घरों
ਉਹ ਪਿਤਾ ਜੀ ਨੂੰ 6 ਮਹੀਨਿਆਂ ਦੇ ਨੂੰ ਛੱਡ ਕੇ ਸ੍ਰੀ ਛੱਡ ਗਈ ਸੀ ਤੇ ਬਾਬੇ ਦੀ ਭੈਣ ਉਹ ਵਿਧਵਾ ਹੋ ਗਈ ਸੀ 5 ਜਵਾਕ ਉਹਦੇ ਹੀ ਮਰ ਗਏ ਸੀ ਤੇ ਜਿਹੜਾ ਬਾਬੇ ਦਾ ਭਾਈ ਸੀ ਇੰਦਰ ਸਿੰਘ ਆ ਨਾਲ ਘਰ ਉਹਦੇ ਘਰੋਂ ਵੀ ਮਰ ਗਈ ਸੀ ਉਹਦੇ ਵੀ 2 ਹੀ ਕੁੜੀਆਂ ਸੀ ਪਰ ਗੁਰਮੁਖੋ ਐਂ ਸੰਗਤ ਕਰਦੇ ਆ ਪਰ ਪਾਤਸ਼ਾਹ ਦਾ ਨਾ ਖਹਿੜਾ ਨਹੀਂ ਛੱਡੂ ਘਰ ਉੱਜੜ ਗਿਆ ਸੀ ਸਰ ਮਾਈ ਕੋਈ ਬਾਬੇ ਦੀ ਮਾਤਾ ਹੀ ਕਰੀ ਨਹੀਂ ਰਹੀ ਸੀ ਬਿਰਧ ਅਤੇ ਵੇਖੋ ਬਾਬਾ ਜੀ ਨੇ ਕਿਰਪਾ ਕੀਤੀ ਬਾਬਾ ਜੀ ਪਿਤਾ ਜੀ ਮਾਤਾ ਜੀ ਬਾਬੇ ਦੀ ਮਾਤਾ ਇਹ ਗਏ ਇੱਕ ਬੱਧਣੀ ਦਾ ਸੀ ਗੁਰਦੱਤ ਸਿੰਘ ਫੋਰਮੈਨ ਮਿਸਤਰੀ ਘਰਾਂ ਦਾ ਅਤੇ ਬਾਰਾਂਦਰੀ 'ਚ ਹਜ਼ੂਰ ਕੋਲ ਪਹੁੰਚਦੇ ਉਦੋਂ ਆਪਾਂ ਹੁਣ ਤਰਸਦੇ ਹਾਂ ਬੈਠੇ ਬਾਬਾ ਜੀ ਬਾਰਾਂਦਰੀ 'ਚ ਪੁਗਤਾ ਰਹੇ ਸੀ ਮੱਥਾ ਟੇਕਿਆ ਭੇਲੀ ਲੈ ਕੇ ਗਏ ਗੁੜ ਦੀ ਖੰਮਣੀ ਬੰਨ ਕੇ ਜੀ ਨਾਨਕਿਆਂ ਬੰਨ ਹੂੰ ਆਏ ਹਾਂ ਇਸ ਮੁੰਡੇ ਦਾ ਵਿਆਹ ਕਰਨਾ ਬਾਬਾ ਜੀ ਕਹਿੰਦੇ ਠੀਕ ਆ ਕਰੋ ਬਾਬਾ ਜੀ ਪਹਿਲਾਂ ਤੋਂ ਗੁਰਮਰਜ਼ਾਦਾ ਅਨੁਸਾਰ ਪੱਗ ਦਿੱਤੀ ਬਾਬਾ ਜੀ ਨੇ ਅਤੇ ਹਜ਼ੂਰ ਕਹਿੰਦੇ ਇਹਨੂੰ ਰੰਗ ਦੇ ਲਿਓ ਬਾਬਾ ਜੀ ਨੇ ਵਚਨ ਕਰਿਆ ਕੇਸਰੀ ਰੰਗ ਦੇ ਲਿਓ ਅਤੇ ਬਾਬਾ ਜੀ ਚਿੱਟਾ ਵਸਤਰ ਹੱਥ ਚਿੱਟੇ ਹੀ ਆਉਂਦੇ ਸੀ ਅਤੇ ਉਹ ਬੰਨ ਦਿਓ ਇਉਂ ਆਖਿਆ ਫਿਰ ਬਾਬਾ ਜੀ ਨੇ ਭਦੌੜ ਵਾਲੇ ਸਰਦਾਰ ਜੋਰਾਵਰ ਸਿੰਘ ਉਹਨੂੰ ਆਖਿਆ ਸਾਡੇ ਬੰਨਿਓ ਅਸੀਂ ਤਾਂ ਜਾਂਦੇ ਨਹੀਂ ਕਿਤੇ ਬਾਹਰ ਅੰਦਰ ਸਾਡੇ ਬੰਨਿਓ ਤੁਸੀਂ ਭਦੌੜ ਤੋਂ ਰੱਥ ਲੈ ਕੇ ਆਉਣਾ ਰੱਥ ਲੈ ਕੇ ਆਉਣਾ ਜਨ ਜਾਣਾ ਬਾਬੇ ਨੂੰ ਆਖਿਆ ਪਤਾ ਲੱਗ ਜਾਏ ਵੀ ਗਾਤਰੇ ਪਾਏ ਸਾਰਿਆਂ ਦੇ ਬਾਬਾ ਜੀ ਕਹਿੰਦੇ ਦੇਵਤਿਆਂ ਵਾਂਗੂ ਜਾਇਓ ਇਹ ਵਚਨ ਕਰੇ ਸੱਤ ਵਚਨ ਚਲੋ ਜਨ ਚਲੀ ਗਈ ਚਲੋ ਕੋਈ ਬੰਦਾ ਸਰੀਕ ਭਰਾ ਉੱਥੇ ਮੂਹਰੇ ਚਲਿਆ ਗਿਆ ਉਹਨੇ ਆਖਿਆ ਬਾਬਾ ਜੀ ਦੇ ਰਹਿੰਦੇ ਆ ਪਿਓ ਪੁੱਤ ਇਹ ਰੌਲਾ ਲਾਉਂਦਾ ਰਹਿੰਦਾ ਇਹ ਮੁੰਡਾ ਘਾਹ ਵੱਢਦਾ ਰਹਿੰਦਾ ਅਤੇ ਕੁੜੀ ਥੋੜ੍ਹੀ ਭੁੱਖੀ ਮਿਲੂ ਜਦੋਂ ਅਸੀਂ ਵੇਖਦੇ ਹਾਂ ਬਾਹਰ ਹੀ ਲੱਗਿਆ ਹੁੰਦਾ ਇਹਨਾਂ ਤੋਂ ਜਾਂ ਕੁਬਿਰ ਦਮਾਈ ਹੈ 2 ਕੋਠੇ ਆ ਕੱਚੇ ਅਤੇ ਬਾੜ ਹੀ ਬਾੜ ਆ ਇੱਧਰ ਵਿਚਾਰ ਸਵੇਰੇ ਅਤੇ ਮਾੜਾ ਮੋਟਾ ਕੰਮ ਕਰਦੇ ਖਾਣ ਜੋਗਾ ਇਉਂ ਆਖਿਆ ਕਈ ਮੌਕੇ ਦਾਣੇ ਕੱਢ ਲਏ ਤਾਂ ਤੂੜੀ ਪਈ ਹੈ ਜੇ ਕਣਕ ਵੱਢਣ ਵਾਲੀ ਤਾਂ ਵੀ ਭੁਰ ਜਾਂਦੀ ਹੈ ਉਹ ਧੀ ਵਾਲੇ ਨੂੰ ਚੱਕ ਤਾ ਜਦੋਂ ਬਾਬਾ ਗਿਆ ਅਤੇ ਜੰਨ ਗਈ ਅਤੇ ਬਾਬੇ ਨੇ ਆਖਿਆ ਕਿੱਥੇ ਤਾਰਾ ਉਹ ਕਹਿੰਦੇ ਖਤਾਨਾ 'ਚ ਸਤਿਗੁਰੂ ਬੈਠੇ ਜਿਵੇਂ ਬਾਬਾ ਦੱਸਦਾ ਸੀ ਖਤਾਨਾ 'ਚ ਇਉਂ ਆਖਿਆ ਬਾਬਾ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਵਿਆਹਣੇ ਮੁੰਡੇ ਰਹਿਣਾ ਸੰਤਾਂ ਦੇ ਇੱਕ ਕੰਮ ਕਰਨਾ ਪੂਜਦੇ ਆਨੰਦ ਕਾਰਜ ਲੈਣੇ ਆ ਨਾ ਮੇਰੀ ਕੁੜੀ ਦੇ ਮੈਂ ਭੁੱਖੀ ਨਹੀਂ ਵੇਖ ਸਕਦਾ ਆਨੰਦ ਕਾਰਜ ਲੈਣੇ ਆ ਤਾਂ ਕਲੇਰਾਂ ਵਾਲਿਆਂ ਨੂੰ ਛੱਡਣਾ ਪਊ ਕਲੇਰਾਂ ਵਾਲੇ ਵੱਜਦੇ ਜੀ ਬਾਬਾ ਜੀ ਕਲੇਰਾਂ ਵਾਲਿਆਂ ਨੂੰ ਛੱਡਣਾ ਪਊਗਾ ਇਉਂ ਆਖਿਆ ਜਦੋਂ ਇਹ ਨਹੀਂ ਗੱਲ ਕਹੀ ਨਾ ਗੁਰਮੁਖੋ ਬਾਬਾ ਸਖਤ ਬੜਾ ਸੀ ਇਹਦੇ ਪਿੰਡ 'ਚ ਆਵਾਜ਼ ਜਾ ਰਹੀ ਹੈ ਕਈ ਬੈਠੇ ਸੁਣਦੇ ਆ ਅਤੇ ਬਾਬੇ ਨੇ ਕੰਨਾਂ ਚੁੰਗਲਾ ਬਾਬਾ ਜੀ ਕਹਿੰਦੇ ਨਾਨਕ ਸਰ ਬਾਬਾ ਆਨੰਦ ਸਿੰਘ ਤਾਂ ਸਾਡੀ ਜਾਨ ਹੈ ਬਾਬਾ ਜੀ ਕਹਿੰਦੇ ਮੈਂ ਉੱਥੇ ਰਹਿ ਪਊ ਮੁੰਡੇ ਨੂੰ ਭਿੰਗ ਬਣਾ ਦਿਆਂਗੇ ਪਰ ਅਸੀਂ ਬਾਬਾ ਜੀ ਨੂੰ ਨਹੀਂ ਛੱਡ ਸਕਦੇ ਕਹਿੰਦੇ ਜੇ ਨਹੀਂ ਛੱਡ ਸਕਦੇ ਤਾਂ ਮੁੜ ਜਾਓ ਬਾਬੇ ਨੇ ਉਹਦੇ ਸਾਰਿਆਂ ਨੂੰ ਆਖਿਆ ਜੇ ਤੁਸੀਂ ਮੇਰੇ ਭਰਾ ਨ ਬਹਿ ਜਾਓ ਰੱਥ 'ਚ ਗੱਡੇ ਸੀ ਗੱਡੀਆਂ ਬਸ ਕੁਛ ਬਹਿ ਗਏ ਕੁਛ ਉਹਨੂੰ ਸਮਝਾਉਣ ਲੱਗ ਗਏ ਕੁਛ ਪਿੰਡ ਦੇ ਬੰਦੇ ਕਹਿਣ ਲੱਗੇ ਬਾਬਾ ਆਨੰਦ ਸਿੰਘ ਬ੍ਰਹਮ ਗਿਆਨੀ ਹੈ ਤੁਸੀਂ ਮਾਰੇ ਜਾਓਗੇ ਅਤੇ ਇਸ ਕਰਕੇ ਸਾਹ ਬਹੁਤ ਸਮਝਾਇਆ ਪਰ ਬੋਲਿਆ ਨਹੀਂ ਜਦੋਂ ਬਹਿ ਗਏ ਨਾ ਤੁਰ ਪਏ
फिर पिंड ने लान तो मारियां भी अपना पिंड गर्क जू तो फिर उरा आण के बुटर निकल के जिथे गुरद्वारा उत्थे उन्हें हाथ जोड़ते कहिंदा जाओ ना आनंद कारज लै जाओ। बाबा कहिंदा असी कलगियां वाले दे सिख अंबर छकिया है असी बलदा दा गोहा नहीं है जे मुड़ पे ना होण नहीं मुड़िया जाना। बाबा कहिंदा ते बहुत जोर लाया सोडियां दी चढ़ाई सी उदों ते उन्होंने सोडियां नूं आख्या सोडी घोड़ी ते आए उन्होंने आख्या साडा गल मन्नो। बाबा कहिंदा हुण तां सिरे आ ना वढ के कृपान ना नहर च सिट्टे जाणगे हुण एक दो गल ये नहीं मन्नी जाणी। फिर बस नहीं मन्नी नहर ते रथ खड़े आ के पुल ते बाबे ने कृपान ना सिरे वढ के नहर सिरते उवें ही आ गए ते अगला दिन हो गया ते बस अगले दिन फिर भाजी सारे ने दिती क्या भी विआह हो गया ते संगत रोंदी सी ते कहिंदे हुण तां घर जुड़ूगा हुण नहीं विआहिया जाणा मुंडा विआह नहीं सी जांदा। फिर बाबे ने होर कोई सोचिया ना गड्डी हुंदी सी जिहनूं ठोकर कहिंदे रस दी ठोकर उहदे मगर खेस वसा लिया ते सारी भाजी ने पकौड़े होर उहदे च पा के अगले दिन ही दादी बाबा पिता जी बाबे दा भरा ये फिर चले गए बाबा जी कोले। बाबा जी उरले पासे टहलदे वाड़ कोले इह डैगी पए ते उच्ची उच्ची ताहा ही मार लां गए। बाबा जी कहिंदे हो की आ ਬਾ ਕਹਿੰਦੇ ਸੀ ਘਰ ਉੱਜੜ ਗਿਆ ਜੀ ਬਾਹ ਤਾਂ ਉੱਜੜ ਗਏ ਐਂ ਟਹਿਲਦੇ ਬਾਬਾ ਜੀ ਨਾਲ ਨਾਲ ਬਾਰਾਂਦਰੀ ਚਾਣ ਕੇ ਬਹਿ ਗਏ। ਦਾਦੀ ਧਾ ਮਾਰ ਕੇ ਕਹਿਣ ਲੱਗੀ ਬਾਬਾ ਜੀ ਅਸੀਂ ਤਾਂ ਤੁਹਾਤੋਂ ਇੱਕ ਸੂਤ ਨਹੀਂ ਬਾਹਰ ਇੱਕ ਫੁੱਲ ਨਹੀਂ ਬਾਹਰ ਬਾਬਾ ਜੀ ਕੀ ਭਾਣਾ ਵਰਤਿਆ। ਉਹ ਕਹਿੰਦੇ ਨਾਨਕ ਸਰ ਵਾਲਿਆਂ ਨੂੰ ਛੱਡ ਦਿਓ ਜੇ ਆਨੰਦ ਕਾਰਜ ਲੈਣੇ ਆ ਹੁਣ ਸਤਿਗੁਰੂ ਬੈਠੇ ਆ ਤੁਸੀਂ ਬੈਠੇ ਸਾਰੇ ਵਧੀਆ ਗੁਰਮੁਖ ਬੈਠੇ ਆ। ਬਾਬਾ ਆਨੰਦ ਸਿੰਘ ਕਹਿੰਦੇ ਸਾਨੂੰ ਪਹਿਲਾਂ ਇਹ ਗੱਲ ਦਾ ਪਤਾ ਸੀ ਇਉਂ ਆਖਿਆ ਹੁਣ ਬ੍ਰਹਮ ਗਿਆਨੀ ਆ ਵੇਖੋ। ਬਾਬਾ ਜੀ ਕਹਿੰਦੇ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਸੀ ਅਤੇ ਬਾਬਾ ਜੀ ਕਹਿੰਦੇ ਕਿਹੜੀ ਗੱਲ ਸੀ ਤੁਸੀਂ ਸਾਨੂੰ ਛੱਡ ਦਿੰਦੇ ਆਨੰਦ ਕਾਰਜ ਲੈ ਲੈਂਦੇ। ਬਾਬਾ ਕਹਿਣ ਲੱਗਾ ਕਿਵੇਂ ਛੱਡ ਦਿੰਦੇ ਸਾਨੂੰ ਤਾਂ ਤੁਹਾਤੋਂ ਬਿਨਾਂ ਨੀਂਦ ਹੀ ਨਹੀਂ ਆਉਂਦੀ ਜਿੰਨਾ ਚਿਰ ਧਿਆਨ ਧਰ ਕੇ ਕੀਰਤਨ ਸੋਲਾ ਪੜ ਕੇ ਤੁਹਾਡੇ ਚਰਨ ਫੜ ਕੇ ਸੌਂਦੇ ਨਹੀਂ ਕਿਵੇਂ ਛੱਡ ਦਿੰਦੇ। ਕਈ ਵਾਰ ਆਖਿਆ ਬਾਬਿਆਂ ਨੇ ਵੀ ਨਹੀਂ ਨਹੀਂ ਤੁਸੀਂ ਗਲਤੀ ਕੀਤੀ ਛੱਡ ਦੇਣਾ ਸੀ ਕੋਈ ਨਹੀਂ ਚੱਲ ਕਹਿੰਦੇ ਜੀ ਤੁਹਾਨੂੰ ਨਹੀਂ ਛੱਡ ਸਕਦੇ ਸੀ। ਬਾਬਾ ਜੀ ਕਹਿੰਦੇ ਕੋਈ ਨਹੀਂ ਫਿਰ ਰੋਵੋ ਨਾ। ਬਾਬਾ ਜੀ ਕਹਿੰਦੇ ਅੱਜ ਤੁਸੀਂ ਪਾਸ ਹੋ ਗਏ ਆ ਇਉਂ ਵਚਨ ਕਰਿਆ ਪਾਸ ਹੋ ਗਏ ਆ ਅਤੇ ਬਾਬਾ ਜੀ ਕਹਿੰਦੇ ਸਭ ਕੁਛ ਹੋਊਗਾ। ਬਾਬਾ ਜੀ ਉੱਠੋ ਤਾਂ ਭੋਰੇ 'ਚ ਲੈ ਗਏ ਸੀ ਇਹ ਗੱਲ ਬਾਬੇ ਦੇ ਦੱਸਣ ਦੀ ਹੈ ਸੀ ਦੀਵਾਨ ਵਿੱਚ ਵਚਨ ਕਰਤੀ ਹੌਲੀ ਹੌਲੀ ਭੋਰੇ 'ਚ ਲੈ ਗਏ। ਬਾਬਿਆਂ ਨੇ ਚਿੱਟਾ ਰੰਗ ਤੋਂ ਬਿਨਾਂ ਚੌਰ ਹੁੰਦਾ ਸੀ ਚੌਰ ਚੱਕਿਆ ਦੋ ਕੁ ਮਿੰਟ ਪੰਦਰਾਂ ਕੁ ਮਿੰਟ ਅੰਦਰ ਰਹੇ ਬਾਬਾ ਜੀ ਅੰਦਰ ਰਹਿ ਕੇ ਪੜਦਾ ਚੱਕਿਆ ਬਾਬਾ ਜੀ ਕਹਿੰਦੇ ਓ ਗੁਰੂ ਨਾਨਕ ਬੈਠਾ ਦਰਸ਼ਨ ਕਰ ਲਓ ਇਉਂ ਆਖਿਆ ਅਤੇ ਮਾਲਾ ਘੁੰਮਦੀ ਸੀਗੀ ਐਂ ਗੁਰੂ ਸਾਹਿਬ ਦੀ ਅਤੇ ਜਦੋਂ ਚੱਕਿਆ ਐਂ ਅੱਖਾਂ ਦੀਆਂ ਪਲਕਾਂ ਅਤੇ ਪ੍ਰਕਾਸ਼ ਪੈਂਦਾ ਸੀ। ਬਾਬਾ ਜੀ ਕਹਿੰਦੇ ਦਰਗਾਹ ਹੈ ਹੁਣ ਆਪਾਂ ਗੁਰੂ ਨਾਨਕ ਵਿਚੋਲਾ ਰੱਖਣਾ ਅਤੇ ਸਾਡੇ ਪਿਤਾ ਜੀ ਦੀ ਬਾਂਹ ਫੜ ਕੇ ਕਹਿੰਦੇ ਕਾਕਾ ਫਿਕਰ ਨਾ ਕਰੀ ਤਿੰਨ ਡਾਣੇ ਫੁੱਟਣਗੇ ਸਾਰੀ ਦੁਨੀਆਂ 'ਚ ਛਾਂ ਕਰ ਦੇਣਗੇ ਫਿਕਰ ਨਾ ਕਰੀ। ਪਿਤਾ ਜੀ ਨੂੰ ਕਹਿਣ ਲੱਗੇ ਬਾਂਹ ਫੜ ਕੇ ਭੋਰੇ 'ਚ
कहिंदे तीन डाणे फुटणगे सारी दुनिया नूं छां कर देणगे, फिकर ना कर। आप विचोला गुरु नानक रखना, ये बचन बाबे दे दसे होए सन। जाने एडे एडे परचे पैने ते पास होना बहुत वड्डी गल है। उदू बाद कई साल बाद ते फिर छीनी आल ओ गुरु प्यारे जो वेख्या सारा भी बाबा दे जांदे आ, उन्हें दस्या भी जन्म मुड़ी भी है, वो कहिंदा कुछ भी है नहीं मैं रिश्ता करके ही जाना। फिर ऐ जानी समा चलो नानकी बने ते बाबा जी तो माता जी ने 42 विच अमृत छकिया। माता जी ने बड़े बाबा जी ने प्रचार किया, पंज प्यार च लगे सी, चार प्यारे सी झोलड़ा का जिक्र, ते पंजवें बाबा जी आप बने सी। ते पुछया रतन सिंह ज्ञानी सुचा सानू भी किन्ने प्राणी अमृत वाले हैं, कहन लगे जी 72 तो बंदे माइया ते 12 बच्चे आ। बाबा जी कहिंदे सिद्धी नहीं बढ़दा, किन्नी गिणती हो गई? आखे जी 84। बाबा जी कहिंदे उन्हें कहा भी साधे आखे ला के अमृत छक लिया, अज तुहाडी जाओ कट्टी गई जमां वाली फांसी। ये सतगुरु बैठे जानी इतने भरे दुआ च वचन करना ना झूठा माड़ा है, बड़ा माड़ा। उत्थे ब्रह्म ज्ञानी का भी लेखा होंदा। हाँ ते सायों वचन करिया, फिर बाबा जी ने देग वरताई, ऐ पा के देंदे सी आप ते गां वरताउंदे सी, ते माता जी का फुरना नहीं सी, पिता जी का पहले छकिया वा सी फेरी। हाँ छीनी वालों आए थे भी इतने कलीर वाले संत आए हुए है, पिता जी लेके आए, माता जी की इन्नी संगत नहीं सी, संगत माता जी के पिता जी की सी। बेबे जी 7 साल के सीगे जो तो पुछो लेके गए हैं बाबा जी दे कोले। उस टाइम तो 20 का जन्म है बेबे जी का, 7 साल की उम्र सी, 27 च पुछो वाले ज्योति जो समाउंदे आ मोढ़िया ते चक के माता जी कहिंदे मैनूं लेके गए सी, मैनूं थोड़ी थोड़ी सुरत है, इउं आख्या। उत्थे लिखिया होया है सारा, जिहड़े जिहड़े आउंदे सन नां लिखदे सी, माता जी दे पिता जी दा नां लिखिया, होर नाल नां लिखिया। इवें साह संगत जानी संगत तां दा करदा है ते परचा बहुत वड्डा पैंदा। फिर हल्ला पै गया, बचने अपने काम आने वाले है, ते बाबा कहन लगा भाई, पिता जी नूं कहन लगा पंज जणे जावड़ो शैकलां ते, ते छीनी वाले पता लिया वी ठूर बहुत वड्डिया गया हल्ले दे विच। छीनी वाले किवें आ? इत्थों मिस्त्री नाल लैके ना साथी पिता जी ने जवान वास्ता से कृपाना लै लिया नाल शैकलां ते, ते जदों गए ठूर गए ना ते उत्थे पुरना बनिया। सब तो वड्डी गल परपकार करन गए बाबा नानक सिंह, कहिंदे ढिल नहीं करनी चाहीदी, जे शरीर भी लग जाए ना कोई हर्ज नहीं गा, ये बाबा जी का वचन है। तो उत्थे ना मुसलमानों के घर अग लाई हुई सी, तो पशुओं दी पूछा मच रही सी, किसी का बखी मच रही सी, तो पिता जी ने आख्या बाबा जी कहिंदे परपकार करना चाहिए अमृतधारी नूं, ते आप पशु बात ना कर दिए रस्से वढ़ दिए, ज्यों पिंड च वड़े ना ठूर पिंड रस्से वढ़न लग गए, ते मुसलमाना दी मिलटरी आ गई जीप ते आ गई, उन्होंने फड़ ले, फड़ के दवा दा बाहां बन लिया, कहिंदे तुसी लटेरे आ। इन्होंने किया बहुत कशहरे नूं भी अतले भी सी, साडे कशहरे पाए है, गात्रे पाए है, अमर छके है, असी कलगी धरदे सिख हाँ, वह कहते नहीं, उन्होंने एक नहीं सुनी, तो उत्तर थे उत्थे लै गए, कैंप लग्या सी उन्हां दा, तो कैंप च लैन चला लिया सारे नूं, अगे उत्थे 25 सिख मारे पए सी, उन्हां दे मारे पए सी, ते मुसलमान दी मिलटरी सी उह, ते पिता जी लैन चला लिया इन्हां सारे नूं, लैन चला के पैंतरा कढ लिया ते गोली भर ली उन्होंने, रावल दी नौ गोली सी, सारे वाले
फड़क फड़क कालजे वजन पीले हो गए। उस टाइम ते कोई चारा नहीं चलदा। वो टाइम ते एक वचन याद आया, बाबा आनंद सिंह तुसी कहंदे सी साडे कहना अमृत छक लिया, बाबा जी कहंदे तुहाडी 84 कट्टी गई है, बाबा जी कहंदे एवें कट्टियां मच्छियां च सानू याद ना करियो, जे कितें लोड़ पई तां असीं पहुंचांगे, इउं वचन करिया सी। ते बाबा जी सारी उम्र तुहाडी संगत करांगे, सारी उम्र तुहाडी सेवा करांगे प्रशादा, ते इत्थों रखे तां बाबा आनंद सिंह तुसीं पूरे आ। ते गोली दा निशाना लाया वा सी, उधरों पासे तो मगरले पासे हिंदुआं दी मिलटरी आ गई, उन्होंने काड़ काड़ फायर करते, ते जिहड़ी गोली चलने सी ना पिता जी ते छाती च सारिआं बंदिआं दे, उह गोली उधर मिलटरी नूं हिंदुआं दी नूं चलाती, उन्होंने चलाती, कहिंदे तुम सिख मारते हो, उह कहिंदे तुम हिंदू मुसलमान मारते हो, आए आपू अपनी बोली च बोलण लग गए, इन्होंने ज्यों कच्छे परन चक्के ना ते पीले होए पए सीगे। ते उस टाइम ते छीनी आणी गए, फिर घरे मुड़े आए, दस्या ते आसन लग्या सी बाबा जी दी, तड़के थोड़ी देग बना के अरदास कीती, फिर फुरना बणिया वी झोलड़ी बाबा जी गुप्ता 47 दा जिकल सी, वड्डे बाबा ज्योति जोत समा गए सी, उत्थे बाल्टी देग दी लेके गए, बाबा जी कान्या ते बैठे सी, कान्या दी साबिशी हो सी बाबा जी सत्संग प्रगट नहीं सीगे, उत्ते अंदर गुप्त सी, साल दा पाठ रखिया सी, ते ऐ दुपट्टा छड्डिया सी, खद्दर दा दुपट्टा सी, ते खद्दर दा चोला पाया सी, सब ते बैठे सी, ते अखां भरियां मियां सी वड्डे बाबिआं दी याद च। जदों बाल्टी देखदी जा के रखी, ते पहली शक्ति वरती, बाबा जी सत्संग कहिंदे क्यों बापू दा इम्तिहान कर लिया, पहली यह गल करी, क्यों बापू दा इम्तिहान कर लिया, ये उच्ची उच्ची रो नहीं लग गए जी, कहिंदे कर लिया, बाबा जी कहिंदे फिक्र ना करो, अपने बाबा जी जाण वाले नहीं, बाबा जी इत्थे ही है, बाबा जी इत्थे ही है, बाबा जी इत्थे ही है, इउं वचन करिया। पिता जी जद दसदे सी, जदों वड्डे बाबा जी का नाँ लेंदे सी, उदों ऐ बाबिआं दा चेहरा बन जांदा सी, बाबा आनंद सिंह दा, बाबा जी सत्संग दा चेहरा जिहड़ा सी, उह बाबा आनंद सिंह दा किते किते चेहरा सानूं दिसदा सी, जदों कहिंदे अपने बापू जी इत्थे ही है, वड्डे बाबा जी इत्थे ही है, इउं वचन करदे सी। इस करके एडे एडे परचे पए, ते तां शक्ति वरती, ते तां फिर बस पक्कियां गंढां दित्तियां, होर बड़ा बड़ा इतिहास है, ते साध संगत घर वेख सारा डिग पैना, नहर टुट जानी, घर छपार ही हो जाना, स्तीर तर जाने, कणक दियां बोरियां डुल जाणियां, चाक के सानू उत्थे हस्पताल च लै जाना, 125 दे के बेबे ने बंदा भेजिया, बाबा जी सत्सों मारे प्रशादा वरताउंदे सी, पिता जी ने आख्या पातशाह बंदा आया घाडे पिया, बाबा जी कहिंदे चलो एवें बहाने ना लाओ, बाबा जी ऐ करके बाबा जी कहिंदे जल होर आ रहा बहुत, जल नूं रोकणा एवें बहाने लाउने आ, असीं घरां नूं तां जवाकां नूं की करिए, बड़ी ताड़ना कीती, थोड़ी नहीं कीती, बे कच्चा हुंदा, ते साध संगत कहिंदे लै जवाक है, मोह दा जाल बहुत बुरा है, सा बहुत वड्डा मोह दा जाल आ, बंदा नरकां नूं लै जांदा मोह दा जाल। ते पिता जी कहन लगे बाबा जी जदों खुशियां देणगे ना आवांगे उदों ही, ते तुसीं उहनूं कहिंदे वी तूं जिवें हैगा घर घरदिआं नूं कहो सारो सारो। इत्थे फिर सरकार दीआं डबल रोटियां भेजीआं हुंदीआं सीगीआं, बंदे आउंदे सी शैकल ते मगर पेड़ां बणाईआं, ਉਹ ਫਿਰ ਦੋ ਦੋ ਡਬਲ ਰੋਟੀਆਂ ਦੇ ਜਾਂਦੇ ਸੀਗੇ, ਜਦੋਂ ਪਾਣੀ ਫਲੱਡ ਆਇਆ ਹੋਇਆ ਸੀ ਉਹਦੇ ਨਾਲ ਸਾਰਦੇ ਸੀ ਬਸ। ਅਤੇ ਉਹ ਟਾਈਮ 'ਤੇ ਫਿਰ ਪਿਤਾ ਜੀ ਨੇ ਆਖਿਆ ਸਾਰੋ ਜਿਵੇਂ ਸਰਦਾ, ਅਤੇ ਖੁਸ਼ੀ ਸੁਭਾਅ ਦੇ ਨਾਲ ਬਾਬਾ ਕੁੰਨਣ ਸਿੰਘ ਤੋਂ ਬਾਅਦ ਥੋੜ੍ਹਾ ਟਾਈਮ ਮਿਲ ਜਾਂਦਾ ਸੀ, ਬਾਬਾ ਕੇਰ ਸਿੰਘ ਤੋਂ ਬਾਅਦ ਧਾਰਨਾ ਬਦਲ ਜਾਂਦੀ 6 ਵਜੇ, ਫਿਰ ਬਾਬਾ ਕੁੰਨਣ ਸਿੰਘ ਲਾ ਦਿੰਦੇ ਸੀ, ਫਿਰ ਕਈ ਮੁਖ ਬਿਜਲੀ ਟਾਈਮ ਦੇ ਦਿੰਦੇ ਸਿੱਧਾ ਕੀਰਤਨ ਧਾਰਨਾ। ਤੇ ਵੇਖੋ ਬਹੁਤ ਵੱਡੀ ਗੱਲ ਹੈ,
ਐਡਾ ਪਰਚਾ ਪਿਆ, ਇੰਨੀ ਤਾੜਨਾ ਰੱਬ ਦੀ ਸ਼ੇਰ ਦੀ ਬਾਬਾ ਈਸ਼ਰ ਦੀ, ਪਰ ਦਿਲ 'ਤੇ ਨਹੀਂ ਲਿਆਂਦੀ ਗੁੱਸਾ। ਅਤੇ ਫਿਰ ਵੀ ਬਾਜ 'ਤੇ ਬੈਠ ਕੇ ਪੜਦਾ ਹੋਇਆ ਵਾ ਸੀ, ਦਿਲ ਖੋਲਿਆ, ਮਨ ਮੇਰਾ ਮੋਹਲਿਆ, ਧੰਨ ਮੇਰੇ ਬਾਬਿਆਂ ਨੇ ਇਹ ਧਾਰਨ ਲਾਏ। ਦਿਲ ਖੋਲਿਆ, ਮਨ ਮੇਰਾ ਮੋਹਲਿਆ, ਬਹੁਤ ਵੱਡੀ ਗੱਲ ਆ। ਔਖੇ ਨਹੀਂ, ਬੰਦੇ ਨੂੰ ਨੀਂਦ ਨਹੀਂ ਆਉਂਦੀ ਵੀ ਜਵਾਕ ਹੈ, ਪੁੱਤ ਹੈ, ਬਹੁਤ ਔਖਾ ਹੈ ਇਉਂ। ਅਤੇ ਸਾਧ ਸੰਗਤ ਬਾਬਾ ਪਾਠਾਂ 'ਚ ਸੀ ਝੋਲਣੀ, ਇਹ ਵੀ ਗੱਲ ਹੈ। ਬੰਦਾ ਘਰੇ ਕੋਈ ਨਹੀਂ ਸੀਗਾ, ਭੂਆ ਸੀ ਬਿਰਧ, ਅਤੇ ਇਉਂ ਵਚਨ ਕੀਤਾ। ਅਤੇ ਬਾਬਾ ਜੀ ਦੁਆਰਾ ਪੜਦਾ ਚੱਕਤਾ, ਪਿਤਾ ਜੀ ਨੇ ਆਖਿਆ ਵੀ ਕਹਿੰਦੇ ਧੰਨ ਬਾਬਾ ਲਓ। ਪਿਤਾ ਜੀ ਨੇ ਧੰਨ ਬਾਬਾ ਨਾਨਕ, ਬਾਬਾ ਜੀ ਕਹਿੰਦੇ ਨਹੀਂ ਬੰਦੇ ਨੇ ਉਵੇਂ ਹੀ ਪੜ੍ਹ ਜਿਵੇਂ ਪਹਿਲਾਂ ਪੜ੍ਹਦਾ ਸੀ, ਐਂ ਚੌਰ ਕਰਦੇ ਸੀ, ਟਹਿਲਦੇ ਸੀ। ਬਾਬਾ ਜੀ ਤਾਂ ਕਹਿੰਦੇ ਸੀ ਵੀ ਮੇਰਾ ਬਾਬਾ ਆਨੰਦ ਸਿੰਘ ਨੇ ਦਿਲ ਖੋਹ ਲਿਆ, ਮਨ ਮੋਹ ਲਿਆ, ਧੰਨ ਮੇਰੇ ਬਾਬਿਆਂ ਨੇ। ਪਿਤਾ ਜੀ ਇਉਂ ਕਹਿੰਦੇ ਸੀ, ਥੋੜ੍ਹਾ ਚਿਰ ਲਵਾਇਆ। ਅਤੇ ਫਿਰ ਬਾਬਾ ਜੀ ਨੇ ਇਸ਼ਾਰਾ ਕਰਤਾ ਵੀ ਭੋਗ ਦਾ ਟਾਈਮ ਹੋ ਗਿਆ, ਭੋਗ ਲਾਉਣ ਦਾ, ਅਤੇ ਵੀ ਧੰਨ ਬਾਬਾ ਲਾ ਦਿਓ। ਚਾਰ ਕੁ ਵਾਰੀ ਲਾਇਆ, ਫਿਰ ਸਾਧ ਬਾਬਾ ਕੁੰਨਣ ਸਾਹਿਬ ਨੇ ਪੌੜੀ ਲਾ ਕੇ ਅਤੇ ਸਾਰੀ ਸੇਵਾ ਕੀਤੀ। ਭੋਗ ਉਹ ਲਵਾਤਾ, ਲਵਾ ਕੇ ਭੋਗ ਇਹ ਸਰੋਵਰ 'ਤੇ ਚਲੇ ਗਏ ਸਾਰੇ ਨਹਾਉਣ ਵਾਸਤੇ। ਬਾਬਾ ਜੀ ਨੇ ਇੰਦਰ ਮਹਾਰਾਜ ਨੂੰ ਆਖਿਆ ਵੀ ਬੱਦਣੀ ਵਾਲੇ ਨੂੰ ਲੈ ਕੇ ਆ, ਇਉਂ ਆਖਿਆ। ਅਤੇ ਇਹਦਾ ਮੁੱਲ ਪੈਂਦਾ ਪ੍ਰੇਮ ਦਾ, ਗੁਰਮੁਖੋ ਮੁੱਲ ਜ਼ਰੂਰ ਪਊਗਾ, ਇੱਥੇ ਵੀ ਪਊਗਾ, ਉੱਥੇ ਵੀ ਪਊਗਾ। ਅਤੇ ਮੁੱਲ ਵੀ ਇੰਨਾ ਪਊਗਾ ਵੀ ਅਣਮੁੱਲ, ਮਾਇਆ ਮੁੱਲ ਨਹੀਂ ਪੈਣਾ, ਬਖਸ਼ ਦੇਵੇ ਪਾਤਸ਼ਾਹੀ। ਅਤੇ ਸਾਧ ਸੰਗਤ ਉੱਥੇ ਜਦੋਂ ਪਿਤਾ ਜੀ ਨੇ ਆਖਿਆ ਕੋਈ ਨਹੀਂ ਆਉਂਦੇ ਆ, ਬਾਬਿਆਂ ਨੇ ਪੁੱਛਣਾ ਹੋਣਾ ਵੀ ਕੀ ਕਰਦੇ ਆ, ਕਿਹੜਾ ਕੰਮ ਕਰਦੇ ਆ, ਆਗਿਆ ਤਾਂ ਦੇਣੀ ਨਹੀਂ, ਚਿੱਤ 'ਚ ਇਹ ਨਹੀਂ ਸੀ। ਜਦੋਂ ਕੋਲ ਛੋਟੇ ਵਾਰ 'ਚ ਖੜ੍ਹੇ ਸੀ ਬਾਬਾ ਜੀ ਐਂ, ਆ ਅਤੇ ਸੂਰਜ ਬੱਤ ਅੰਮ੍ਰਿਤ ਦਾ ਵੇਲਾ, ਜਦੋਂ ਮੱਥਾ ਟੇਕਿਆ ਬਾਬਾ ਜੀ ਹੱਸ ਕੇ ਕਹਿੰਦੇ ਕਹਿੰਦੇ ਕੱਲ੍ਹ ਕੌਣ ਆਇਆ ਸੀ, ਬਹੁਤ ਮਿੱਠਾ, ਕਹਿੰਦੇ ਕੱਲ੍ਹ ਕੌਣ ਆਇਆ ਸੀ। ਪਿਤਾ ਜੀ ਵਿਰਾਹ ਕਰਨ ਲੱਗ ਗਏ, ਦੋ ਕੁ ਮਿੰਟ ਚੁੱਪ ਕਰਕੇ ਬਾਬਾ ਜੀ ਕਹਿੰਦੇ ਲੈ ਇਉਂ ਨਹੀਂ ਕਰੀਦਾ ਹੁੰਦਾ, ਫਿਕਰ ਨਾ ਘਰ ਤੋਂ। ਕਹਿਣ ਲੱਗੇ ਜੀ ਘਰ ਡਿੱਗ ਪਿਆ, ਕੱਚਾ ਸੀ ਸਾਰਾ। ਬਾਬਾ ਜੀ ਕਹਿੰਦੇ ਕੱਚਾ ਹੋਣਾ ਜੀ, ਕੱਚਾ ਸੀ। ਬਾਬਾ ਜੀ ਕਹਿਣ ਲੱਗੇ ਕੋਈ ਫਿਕਰ ਨਾ ਕਰੋ, ਭਰਤ ਪੈ ਗਿਆ, ਆਪਾਂ ਘਰ ਪਾਉਣਾ ਹੀ ਨਹੀਂ ਆ, ਗੁਰੂ ਸਾਹਿਬ ਬੈਠੇ, ਆਪਾਂ ਘਰ ਪਾਉਣਾ, ਆਪਾਂ ਮੁਹੱਲ ਪਾਵਾਂਗੇ, ਤੂੰ ਫਿਕਰ ਨਾ ਕਰ, ਰਾਜੇ ਮਹਾਰਾਜੇ ਆਇਆ ਕਰਨਗੇ। ਇਉਂ ਵਚਨ ਕਰਿਆ, ਘਰ ਨਹੀਂ ਪਾਉਣਾ, ਆਪਾਂ ਮੁਹੱਲ ਪਾਵਾਂਗੇ। ਇਹ ਗੱਲ ਹੁਣ ਅਣਹੋਈ ਹੈ ਗੁਰਮੁਖੋ, ਗੱਲ ਕਰਨੀ ਸੌਖੀ ਹੈ, ਅਣਹੋਈ ਗੱਲ ਹੈ। ਵਿੱਚੇ ਪਸ਼ੂ, ਵਿੱਚੇ ਕੰਧੋਲੀ, ਵਿੱਚੇ ਰਸੋਈ, ਅਤੇ ਵਿੱਚੇ ਹੀ ਪੈਣਾ, ਇਹ ਬਹੁਤ ਚਿਰ, ਇਹ 78 ਤੱਕ ਰਿਹਾ। 78 'ਚ ਫਿਰ ਵਚਨ ਪੂਰਨ ਹੋਏ, ਜਿਹੜੇ ਮਹੱਲ ਦੀ ਗੱਲ ਆ ਨਾ, ਜਿਹੜੇ ਬਾਬਾ ਜੀ ਨੇ ਵਚਨ ਕਰੇ, ਉਹ ਫਿਰ ਬਾਬਾ ਜੀ ਨੇ 46-57 ਦੇ ਵਚਨ ਜਿਹੜੇ ਵਚਨ ਕਰੇ ਬਾਬਾ ਜੀ ਨੇ, 55 'ਚ ਪਲਾਡ ਆਇਆ, 54 'ਚ ਵਾ, ਉਦੋਂ ਵਚਨ ਕੀਤੇ ਹੋਏ, ਫਿਰ 78 'ਚ ਵਚਨ ਕੀਤੇ ਜਿਹੜੇ ਕੀਤੇ, ਮਿਹਰ ਕੀਤੀ ਬਾਬਾ ਜੀ ਨੇ, ਆਪਾਂ ਦੇ ਨਹੀਂ ਸਕਦੇ, ਖਲੜੀ ਵੀ ਭੇਜੇ, ਬਾਬਾ ਜੀ ਦੇ ਚਰਨਾਂ ਥੱਲੇ ਥੋੜ੍ਹੀ ਹੈ, ਆਪਾਂ ਸਾਰੇ ਵਧਾਈ ਦੇ ਪਾਤਰਾਂ, ਕਿਉਂ ਵੇਖੋ ਇਹ ਟਾਈਮ 'ਤੇ ਇਸ ਧਰਤੀ 'ਤੇ ਕਲਯੁਗ ਦਾ ਪਹਿਰਾ ਹੈ, ਇਹ ਟਾਈਮ 'ਤੇ ਬਾਬਾ ਜੀ ਨੇ ਜਿਹੜੀ ਕਿਰਪਾ ਕੀਤੀ ਉਹਦਾ ਦੇਣ ਆਪਾਂ ਹਜੇ ਨਹੀਂ ਦੇ ਸਕਦੇ। ਕਈ ਮੌਕੇ ਕੀਰਤਨ ਹੁੰਦਾ ਅਤੇ ਆਖੀ ਦਾ ਤੂੰ ਮਨਾ ਪਿਆ ਹੈ, ਦਰਸ਼ਨ ਜੀ ਆ ਮਾਨਾ ਹੋਰ ਵਿੰਗ ਮੈਂ ਵੀ ਅੱਧੀ ਰਾਤ ਤੋਂ ਵੀ ਉੱਠ ਕੇ ਦੇਗ ਬਣਾ ਕੇ
ਤੇ ਭੋਗ ਲਵਾ ਕੇ ਫਿਰ ਆਸਾ ਦੀ ਵਾਰ ਲਾਈ ਜਾਂਦਾ। ਵੇਖੋ ਕਿੰਨਾ ਕਮਾਈ ਹੈ ਵੱਡੀ ਹੈ, ਇਉਂ ਆਖੀਦਾ। ਅਤੇ ਸਾਧ ਸੰਗਤ ਬਾਬਾ ਜੀ ਨੇ ਕਿਰਪਾ ਕੀਤੀ, ਵੱਡੇ ਬਾਬਾ ਬ੍ਰਹਮ ਗਿਆਨੀ ਦੀ ਸੰਗਤ ਮਿਲੀ। ਬਚਨ ਨੋਟ ਕਰ ਲਿਓ, ਸੰਗਤ ਮਿਲੀ ਫਿਰ ਲੜੀ ਨਾ ਤੁਰਦੀ ਆਈ। ਬਾਬਾ ਈਸੋ ਦੀ 47 ਤੋਂ ਲਾ ਕੇ ਸੰਗਤ ਮਿਲੀ, ਸੰਗਤ ਮਿਲੀ ਫਿਰ ਜਨਮ ਹੋਇਆ, ਫਿਰ ਬਾਬਾ ਜੀ ਨੇ ਨਾਂ ਰੱਖਿਆ ਅਤੇ ਫਿਰ ਸਾਧ ਸੰਗਤ ਬਾਬਾ ਜੀ ਦੀ ਸੰਗਤ ਪੁੰਨਿਆ ਦੀ ਹੋਈ। ਅਤੇ ਬਾਬਾ ਜੀ ਬਾਬਾ ਈਸੋ ਬਚਨ ਕਰਦੇ ਸੀ, ਮਾਤਾ ਜੀ ਐਂ ਕੋਲੇ ਬੈਠੇ ਸੀ। ਉਹ ਟਾਈਮ 'ਤੇ ਸਾਡੀ 10 ਸਾਲ ਦੀ ਉਮਰ ਸੀਗੀ ਅਤੇ ਮਾਤਾ ਜੀ ਐਂ ਬੈਠੇ ਸੀ, ਕਹਿੰਦੇ ਵੇਖ ਧੌਣ ਫੜ ਕੇ ਹਲਾਉਣਾ ਹਲਾਉਣਾ ਬਹੁਤ ਉਹ ਵੇ ਸਾਹਮਣੇ ਬਾਬਾ ਜੀ, ਉਹ ਬਾਬਾ ਜੀ ਵੇਖ, ਬਾਬਾ ਜੀ ਬਚਨ ਕਰਦੇ ਆ, ਬਚਨ ਕਰਦੇ ਆ। ਕਰੜਾ ਸਰੀਰ ਸੀ ਅਤੇ ਮਾਤਾ ਜੀ ਨੇ ਕਿਰਪਾ ਕੀਤੀ ਅਤੇ ਉਹ ਟਾਈਮ 'ਤੇ ਸਾਹ ਸੰਗਤਾ ਬਾਬਾ ਜੀ ਕਹਿੰਦੇ ਜੋ ਮੰਗਾ ਠਾਕਰ ਆਪਣੇ 'ਤੇ ਸੋਈ ਸੋਈ ਦੇਵੈ। ਨਾਨਕ ਦਾਸ ਗੁਰੂ ਨਾਨਕ ਦੇ ਦਾਸ ਮੁੱਖ 'ਤੇ ਇਉਂ ਬਚਨ ਕਰਦੇ ਸੀ, ਜੋ ਬੋਲਿਆ ਇਹਾਂ ਉਹਾਂ ਸੱਚ ਹੋਵਾ, ਇਉਂ ਬਚਨ ਕਰਦੇ ਸੀ ਬਾਬਾ ਜੀ। ਕਹਿੰਦੇ ਹਾਂ ਭਾਈ, ਜੇ ਕੋਈ ਕਹੇ ਨਾ ਗੁਰੂ ਨਾਨਕ ਲੈ ਕੇ ਜਾਣਾ, ਇੱਥੋਂ ਗੁਰੂ ਨਾਨਕ ਵੀ ਮਿਲਦਾ, ਇੱਥੋਂ ਦੁੱਧ ਵੀ ਮਿਲਦਾ, ਇੱਥੋਂ ਪੁੱਤ ਵੀ ਮਿਲਦਾ, ਇੱਥੋਂ ਮਾਇਆ ਵੀ ਮਿਲਦੀ ਹੈ, ਤੰਦਰੁਸਤੀ ਵੀ ਮਿਲਦੀ ਹੈ। ਬਾਬਾ ਜੀ ਕਹਿੰਦੇ ਇੱਥੋਂ ਭਾਈ ਐਂ ਹੱਥ ਕਰਦੀ, ਇੱਥੋਂ ਸਾਰਾ ਕੁਛ ਹੀ ਮਿਲ ਜਾਂਦਾ। ਸੰਗਤਾਂ ਲੱਖਾਂ ਬੈਠੀਆਂ ਸੀ ਬਾਬਾ ਜੀ ਨੇ ਅਤੇ ਨਾਨਕ ਦਾਸ ਗੁਰੂ ਨਾਨਕ ਦੇ ਦਾਸ ਇਉਂ ਬਚਨ ਕਰਦੇ, ਮੁੱਖ 'ਤੇ ਜੋ ਬੋਲਿਆ ਇਹਾਂ ਉਹਾਂ ਚਿਹਾਰਾ ਸੀ ਆਪਦੇ ਵੱਲੋਂ। ਅਤੇ ਅਸੀਂ ਬੇਬੇ ਦੇ ਨਾ ਆਏ, ਹੱਥ ਮਾਰਿਆ ਗੋਡੇ 'ਤੇ, ਅਸੀਂ ਆਖਿਆ ਬੇਬੇ ਆਪਾਂ ਗੁਰੂ ਨਾਨਕ ਲੈ ਕੇ ਜਾਣਾ। ਬੇਬੇ ਕਹਿੰਦੀ ਹਾਂ ਉਹ ਵੀ ਸਾਹਮਣੇ ਗੁਰੂ ਨਾਨਕ ਹੈ, ਆਪਾਂ ਲੈ ਕੇ ਜਾਣਾ ਹੈ। ਰਾਤ ਦਾ 1-2 ਦਾ ਟਾਈਮ ਸੀਗਾ ਅਤੇ 3 ਵਜੇ ਫਿਰ ਸਮਾਪਤੀ ਹੁੰਦੀ ਸੀ ਅਤੇ ਉਦੋਂ ਫਿਰ ਕੋਈ ਪੈ ਜਾਂਦਾ ਸੀ, ਕੋਈ ਕਿਵੇਂ ਉਦੋਂ ਯਾਦ ਨਹੀਂ ਉਦੋਂ ਬਾਅਦ, ਅਤੇ ਫਿਰ ਸਵੇਰੇ ਧੱਕਾ ਪੈਂਦਾ ਸੀ। ਅਤੇ ਇੰਨਾ ਬਚਨ ਸੁਣਿਆ ਬਾਬਾ ਜੀ ਕਹਿਣ ਲੱਗੇ ਆਪਣੀ ਸਤੌਲ ਬਹੁਤ ਵੱਧ ਗਈ ਹੈ, ਆਪਣਾ ਪਰਿਵਾਰ ਬਹੁਤ ਵੱਧ ਗਿਆ, ਇਉਂ ਬਚਨ ਕਰਿਆ। ਅਤੇ ਬਾਬਾ ਜੀ ਕਹਿੰਦੇ ਸਭ ਨੂੰ ਖੁਸ਼ੀਆਂ, ਇੰਨਾ ਬਚਨ ਕਰਿਆ। ਕਿਸੇ ਨੇ ਆਖਿਆ ਦੁੱਧ ਮਿਲ ਗਿਆ, ਕਿਸੇ ਨੇ ਆਖਿਆ ਪੁੱਤ ਮਿਲ ਗਿਆ, ਕਿਸੇ ਨੇ ਆਖਿਆ ਮਾਇਆ ਮਿਲ ਗਈ, ਸਭ ਤੁਰ ਪਏ। ਸ਼ਾਂਤੀ ਦਾ ਸੋਮਾ ਦੇਵਤੇ ਸਾਰੇ, ਅਤੇ ਕੋਈ ਨਹੀਂ ਸੀ ਐਂ ਮਡੀਰ ਜਾਂ ਕੋਈ ਹੋਰ ਜਾਂ ਕੋਈ ਸਰਕਾਰੀ ਮੁਲਾਜ਼ਮ ਜਾਂ ਨਾ ਬਰਾਬਰ। ਅਤੇ ਉੱਥੇ ਸਾਧ ਸੰਤ ਬਾਬਾ ਜੀ ਨੇ ਕਿਰਪਾ ਕੀਤੀ, ਜਦੋਂ ਦੇਵਤਿਆਂ ਦੀ ਸਾਹ ਮੱਥਾ ਟੇਕਦੇ ਹਾਂ ਉਦੋਂ ਗਾਂਹ ਹੋਏ ਅਤੇ ਬਸ ਜਦੋਂ ਸਰੋਵਰ ਦੇ ਨੇੜੇ ਗਏ, ਮੈਂ ਕਿਹਾ ਆਪਾਂ ਗੁਰੂ ਨਾਨਕ ਲੈ ਕੇ ਜਾਣਾ। ਬੇਬੇ ਕਹਿੰਦੀ ਹਾਂ ਆਪਣੇ ਨਾਲ ਗੁਰੂ ਨਾਨਕ ਜਾ ਰਿਹਾ ਹੈ। ਅਸੀਂ ਐਂ ਐਂ ਵੇਖਿਆ, ਮੈਂ ਕਿੱਥੇ ਜਾ ਰਿਹਾ? ਕਹਿੰਦੇ ਬੇਬੇ ਕਹਿੰਦੀ ਹਾਂ ਐਂ ਹੱਥ ਮਾਰਨ ਲੱਗ ਗਈ, ਆਹ ਜਾ ਰਿਹਾ ਗੁਰੂ ਨਾਨਕ ਜਾ ਰਿਹਾ। ਸਰੋਵਰ ਦੇ ਪਰਲੇ ਕਰਨ ਵਾਲੇ ਅਸੀਂ ਲੇਟਣ ਵਾਲੇ ਹੋ ਗਏ, ਵਹਿ ਗਏ ਅਤੇ ਲੇਟਣ ਰਾਸਾ ਪਾ ਲਿਆ। ਅਤੇ ਹੁਣ ਸੋਚੀਏ ਵੀ ਮਾਈਆਂ ਬੈਠੀਆਂ ਸਾਰੀਆਂ, ਜੇ ਕੋਈ ਹੋਰ ਮਾਈ ਹੁੰਦੀ ਗਿੱਚੀ ਜਮਾਤ, ਤੈਨੂੰ ਤੋਰਾਂ ਗੁਰੂ ਨਾਨਕ ਨਾਲ ਹੋਣੀ, ਹਜੇ 10 ਸਾਲ ਦਾ ਹੈਗਾ। ਸ਼ੇਰਾਂ ਵਾਲੇ ਗੇਟ ਤੱਕਰ ਪੂਰਾ ਵਿਚਰੇ, ਬਹੁਤ ਵਿਚਰੇ। ਅਤੇ ਸਾਧ ਸੰਗਤ ਉੱਥੇ ਨਾਲ ਰੇਹੜੀ ਹੁੰਦੀ ਸੀ ਇੱਕ, ਅਤੇ ਫਿਰ ਬੇਬੇ ਨੇ ਵੀ ਮਾਤਾ ਜੀ ਜਿਵੇਂ ਧਰੂ ਦੀ ਮਾਤਾ ਵੀ ਹੁਣੇ ਜਪਣ ਲੱਗ ਜਾਓ, ਹੁਣੇ ਕਿੱਥੇ ਜਪਾਂ, ਜੰਗਲ ਵਿੱਚ ਜਪੋ, ਬਾਹਰ ਜਾਵੋ। ਅਤੇ ਸਾਧ ਸੰਗਤ ਉੱਥੋਂ ਫਿਰ ਬਾਬਾ ਜੀ ਨੇ ਕਿਰਪਾ ਕੀਤੀ, ਮਾਤਾ ਜੀ ਧੰਨ ਸਨ, ਤਾਂ ਹੀ ਅੱਜ ਪੂਜਾ ਹੋ ਰਹੀ ਹੈ ਮਾਤਾ ਜੀ ਦੀ। ਮਾਤਾ ਜੀ ਨੇ ਬਹੁਤ ਔਖੀ ਗੱਲ ਆ ਉਸ ਟਾਈਮ 'ਤੇ, ਮਾਤਾ ਜੀ ਦਾ ਸਾਨੂੰ ਇੰਨਾ, ਮਾਤਾ ਜੀ ਕੋਲ 10 ਰੁਪਈਏ ਸੀਗੇ ਅਤੇ ਮਾਤਾ ਜੀ ਨੇ 3 ਰੁਪਈਆਂ ਦਾ 7 ਰੁਪਈਏ ਦਾ ਸਰੂਪ ਲੈ ਕੇ ਦਿੱਤਾ ਇਹ ਸਾਹਮਣੇ। ਅਤੇ ਉਦੋਂ ਦਾ ਸਰੂਪ ਹੈ ਉਦੋਂ ਦਾ, ਹੁਣ ਵਿਚਾਰ ਕਰੋ ਸਾਰੇ ਬੈਠੇ ਹੈ ਬੜੇ ਦਿਮਾਗ ਵਾਲੇ ਹੈ। ਅਤੇ ਬਾਬਾ ਈਸ਼ਵਰ ਦੀ ਸੰਗਤ ਮਿਲੀ ਅਤੇ ਬਾਬਾ ਜੀ ਨੇ ਆਖਿਆ ਇੱਥੋਂ ਗੁਰੂ ਨਾਨਕ ਵੀ ਮਿਲਦਾ, ਉਹ ਤੀਰ ਕਲੇਜੇ ਵਿੱਚ ਵੱਜਿਆ ਅਤੇ ਗੁਰੂ ਨਾਨਕ ਦਾ ਸਰੂਪ ਮਿਲਿਆ। ਅਤੇ ਰੋਡਵੇ ਵਾਸਤੇ ਅਸੀਂ ਇੱਧਰ ਆਏ ਹਾਂ, ਲੋਪੋ ਨੂੰ, ਲੋਪੋ ਤੋਂ ਤੁਰ ਕੇ ਆਏ ਹਾਂ, ਅਸੀਂ ਸਰੂਪ ਨਹੀਂ ਛੱਡਿਆ, ਇੱਥੇ ਲਿਆ ਕੇ ਆਏ। ਇੱਥੇ ਆਹ ਕਮਰਾ,
ਇੱਥੇ ਆਸਣ 'ਤੇ ਰੱਖਤਾ। ਬੇਬੇ ਕਹਿੰਦੀ ਹੁਣੇ ਉਹ ਨਹੀਂ ਬਾਬਾ, ਸੁਬਾਹ ਵੀ ਮੱਥਾ ਟੇਕ ਕੇ ਜਾਣਾ ਅਤੇ ਸ਼ਾਮ ਨੂੰ ਵੀ ਜਾਣਾ ਅਤੇ ਇੱਕ ਜਪੁਜੀ ਸਾਹਿਬ ਦਾ ਪਾਠ ਕਰਨਾ ਅਤੇ ਸ਼ਾਮ ਨੂੰ ਰਹਿ ਰਾਸ ਕਰਨਾ। ਗੁਰੂ ਨਾਨਕ ਨੂੰ ਤਾਂ ਲਿਆਂਦਾ, ਇਉਂ ਕਹਿਣਾ। ਇੰਨੀ ਸੁਰਤੀ ਦੀ ਖਿੱਚ ਪੈ ਗਈ, ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਹੌਲੀ ਹੌਲੀ 22-12 ਪ੍ਰਕਾਸ਼ ਕਰਨ ਲੱਗ ਗਏ ਸਰੂਪ ਦੇ ਮੂਹਰੇ ਹੌਲੀ ਹੌਲੀ, ਅਤੇ ਫਿਰ ਹੁਕਮਨਾਮਾ ਲੈ ਕੇ ਜਾਣ ਲੱਗ ਗਏ ਸਕੂਲੇ। ਫਿਰ ਕਈਆਂ ਦਾ ਕੰਮ ਕਰਨ ਲੱਗ ਗਏ ਅਤੇ ਕਈ ਕਈ ਮੌਕੇ ਮਚਾਖ ਦੇ ਨਾਲ ਹੀ ਮੱਥਾ ਲੱਗ ਜਾਣਾ, ਐਂ ਟਹਿਦੇ ਰਹਿੰਦੇ ਆ। ਅਤੇ ਪਿਤਾ ਜੀ ਨੇ ਭੱਜ ਕੇ ਪੈਣਾ, ਰਾਤ ਕੀ ਕਰਦਾ ਸੀ, ਇਉਂ ਕਹਿਣਾ, ਅਤੇ ਫਿਰ ਵੇ ਲੱਗ ਜਾਣਾ ਕੰਮ 'ਤੇ। ਅਤੇ ਇਵੇਂ ਸਾਧ ਸੰਗਤ ਸਮਾਂ ਬਾਬਾ ਜੀ ਨੇ ਕਿਰਪਾ ਕੀਤੀ। ਮੈਂ ਡੂੰਘੀ ਵਿਚਾਰ ਕਰ ਰਿਹਾ ਸੀ ਵੀ ਬਾਬਾ ਜੀ 600 ਮਹਾਰਾਜ ਦੀ ਸੰਗਤ 'ਚ ਬੈਠੇ ਸੀ ਐਂ, ਅਤੇ ਵੱਡੇ ਬਾਬਾ ਜੀ ਨੇ ਕਿਰਪਾ ਕੀਤੀ। ਹੁਣ ਵੇਖੋ ਸਰੂਪ ਗੁਰੂ ਨਾਨਕ ਦਾ ਅਤੇ ਦਰਸ਼ਨ ਸਰੂਪ ਵਿੱਚ ਇਹਦੀ ਬਾਬਾ ਆਨੰਦ ਸਿੰਘ ਦੇ, ਬਾਬਾ ਆਨੰਦ ਸਿੰਘ ਦੇ ਵੇਖੋ। ਅਤੇ ਆਪਣੇ ਕਰਮ ਬਾਹਲੇ ਵੱਡੇ ਆ, ਕੋਈ ਸਿਮਰਨ ਕੀਰਤਨ ਚੱਲ ਰਿਹਾ, ਸਾਰਿਆਂ ਦਾ ਬੰਦਗੀ ਚੱਲ ਰਹੀ ਹੈ। ਵੀ ਇੱਕ ਤਾਂ ਵੀ ਬਾਬਾ ਈਸ਼ਵਰ ਸਿੰਘ ਮਹਾਰਾਜ ਉਹਨਾਂ ਦੇ ਬਚਨ, ਇੱਕ ਬਾਬਾ ਆਨੰਦ ਸਿੰਘ ਮਹਾਰਾਜ ਨੇ ਦਰਸ਼ਨ ਦੇ ਕੇ ਵਚਨ ਕਰਿਆ, ਅਤੇ ਸਾਧ ਸੰਗਤ ਉੱਧਰੋਂ ਸਰੂਪ ਗੁਰੂ ਨਾਨਕ ਦਾ ਅਤੇ ਧਿਆਨ ਗੁਰੂ ਨਾਨਕ ਦਾ, ਕਿੱਡੀ ਵੱਡੀ ਗੱਲ ਹੈ। ਹੋਰ ਕਿਸੇ ਸਾਧੂ ਦੀ ਘਾਲਣਾ ਘਾਲੀ ਜਾਂਦੀ ਜਾਵੜ ਦੇ, ਪਰ ਆਏ ਆਪਾਂ ਇਕੱਠੇ ਨਹੀਂ ਸੀ ਬੈਠੇ ਹੋਣਾ ਬੁੱਕਲ ਵਿੱਚ ਗੁਰੂ ਨਾਨਕ ਸਾਹਿਬ ਦੇ, ਆਪਾਂ ਇੱਥੇ ਨਹੀਂ ਬੈਠੇ, ਆਪਾਂ ਦਰਗਾਹ ਵਿੱਚ ਬੈਠੇ ਹਾਂ ਸਾਰੇ, ਬੜੇ ਭਾਗਾਂ ਵਾਲੇ ਆ, ਜਨਮ ਮਰਨ ਇਕੱਠੇ ਹੋਏ ਆ ਸਾਧ ਸੰਗਤ, ਝੂਠੀ ਗੱਲ ਨਹੀਂ ਹੈ। ਇਸ ਕਰਕੇ ਇੱਥੇ ਕੋਈ ਭੂਤ ਪ੍ਰੇਤ, ਕੋਈ ਜਮ, ਕੋਈ ਧਰਮਰਾਜ ਜਾਂ ਕੋਈ ਉਹਨਾਂ ਪਾਵਰ ਨਹੀਂ ਹੈ ਕੋਈ। ਜਦੋਂ ਧਰਮਰਾਜ ਨੂੰ ਪਤਾ ਲੱਗਿਆ ਵੀ ਇੰਨੀ ਸੰਗਤ ਐ ਸੰਗਤ ਕਰਦੇ, ਕਥਾ ਕੀਰਤਨ ਕਰਦੇ, ਕਸਵੱਟੀ 'ਤੇ ਮੇਰੇ ਕੋਲ ਦੀ ਲੰਘ ਰਹੇ ਆ, ਗੁਰਗੱਦੀ 'ਤੇ ਬਾਬਾ ਜੀ 'ਤੇ ਮਾਣ ਕਰਕੇ ਕਹਿ ਰਹੇ ਵੀ ਧਰਮਰਾਜ ਨੂੰ ਉੱਠ ਕੇ ਮਜਬੂਰ ਹੋ ਕੇ ਮੱਥਾ ਟੇਕਣਾ ਪਊਗਾ। ਜਿਹੜਾ ਸਾਧੂ ਟਪਲਾ ਮਾਰੇ ਉਹ ਸਾਧੂ ਨਹੀਂ ਹੁੰਦਾ। ਇਸ ਕਰਕੇ ਜਿਹੜਾ ਠੋਸ ਵਚਨ ਕਰੇ ਨਾ, ਉਹ ਧੁਰਦਾ ਵਚਨ ਹੁੰਦਾ ਦਰਗਾਹ ਦਾ, ਅਤੇ ਉਹ ਅੱਖਾਂ ਦੇ ਮੂਹਰੇ ਸੀਨ ਲੰਘਦਾ ਵੀ ਐਂ ਸੰਗਤ ਜਾ ਰਹੀ ਹੈ, ਐਂ ਧਰਮਰਾਜ ਭੱਜ ਕੇ ਉੱਠ ਕੇ ਮੱਥਾ ਟੇਕਦਾ, ਤਾਂ ਉਹ ਵਚਨ ਹੁੰਦਾ, ਵਚਨ ਹੁੰਦਾ। ਨਬਜ਼ ਵੀ ਫੜੇ ਅਤੇ ਬਿਮਾਰੀ ਵੀ ਬੁੱਝੇ ਅਤੇ ਦਵਾਈ ਵੀ ਦੇਵੇ, ਕਹਿੰਦੇ ਫਿਰ ਵੈਦ ਹੈ, ਫਿਰ ਬ੍ਰਹਮ ਗਿਆਨੀ ਹੈ। ਇਸ ਕਰਕੇ ਆਓ ਵਰਤੀ ਵੱਡੇ ਭਾਗਾਂ ਵਾਲੇ ਆ, ਸਤਿਗੁਰਾਂ ਜੀ ਨੇ ਕਿਰਪਾ ਕੀਤੀ ਹੈ। ਹੁਣ ਇਹੀ ਰਹਿੰਦਾ ਵੀ ਕਈ ਸੰਗਤਾਂ ਐਂ ਆ ਜਾਂਦੀਆਂ ਪ੍ਰੇਮ ਵਿੱਚ, ਬਾਹਲਾ ਪ੍ਰੇਮ ਆ ਜ਼ਿਆਦਾ, ਕਈ ਮੌਕੇ ਪ੍ਰੇਮ ਮੂਹਰੇ ਨੇਮ ਨਹੀਂ ਰਹਿੰਦਾ, ਨੇਮ ਵੀ ਫੋਨ ਨਾ ਰੱਖਿਓ, ਬਾਬਾ ਜੀ ਕਹਿੰਦੇ ਚਲੋ ਫੋਨ ਨਹੀਂ ਰੱਖਿਆ। ਹੁਣ ਕਈ ਆਉਂਦੇ ਬਾਬਾ ਜੀ ਘਰੇ ਇੰਨੀ ਤਕਲੀਫ ਹੈ, ਢਿੱਲੇ ਆ, ਭਾਈ ਇੱਥੇ ਲਿਆਓ ਜੀ, ਬਾਬਾ ਜੀ ਮਿਹਰ ਕਰੋ, ਕਿਰਪਾ ਦੇ ਘਰ ਵਿੱਚੋਂ ਉੱਧਰ ਡਾਕਟਰ ਆਇਆ ਸਬੱਦੀ ਵਾਲਾ, ਮੈਂ ਕਿਹਾ ਆ ਸਕਦਾ, ਕਹਿੰਦੇ ਸੀ ਨਹੀਂ ਮੈਂ ਅੱਜ ਨਹੀਂ ਆ ਸਕਦਾ। ਮੈਂ ਕਿਉਂ, ਕਹਿੰਦੇ ਵੀ ਘਰ ਵਾਲੇ ਦਾ ਗੋਡਾ ਹਿੱਲਿਆ ਵਾ ਅਤੇ ਵਿਖਾਉਣ ਜਾਣਾ ਨਾਨਕਸਰ, ਉੱਥੇ ਡਾਕਟਰ ਹੈ ਵੈਦ। ਮੈਂ ਜੇ ਗੋਡਾ ਇੱਥੇ ਠੀਕ ਕਰ ਦਈਏ ਤਾਂ ਫਿਰ ਤੂੰ ਆਵੇਂਗਾ ਹੀ, ਕਹਿੰਦਾ ਹਾਂ ਫਿਰ ਮੈਂ ਆ ਸਕਦਾ। ਆਹਦਾ ਮੈਂ ਚੰਗਾ, ਸਾਡੀ ਦਵਾਈ ਵਰਤਣੀ ਪਊਗੀ, ਕਹਿੰਦੇ ਦਵਾਈ ਵਰਤ ਲਾਂਗੇ। ਅਤੇ ਜਾਣੀ ਹਜ਼ੂਰ ਦੀ ਮਿਹਰ ਦਾ ਸਦਕੇ ਇੱਥੇ ਵਿੰਗ ਬੈਠੇ ਆ, ਅਗਵਾਹ ਹੈ ਵਿੱਚ ਸਾਰੇ ਚੰਗੇ ਅੰਬਰਧਾਰੀ ਆ ਸਾਰੇ, ਅਤੇ ਹਜ਼ੂਰ ਦੀ ਮਿਹਰ ਦਾ ਸਦਕਾ ਮੈਂ ਆਖਿਆ ਵੇਖਿਓ, ਊਂ 15 ਮਿੰਟ ਗੱਲ ਕਰਦੇ ਰਹੇ, ਅਸੀਂ ਨਹੀਂ ਫੋਨ ਨੂੰ ਹੱਥ ਲਾਇਆ, ਜਰਨੈਲ ਸਰ ਸੀ ਜਾਂ ਆਪਣਾ ਸੀਗਾ ਇੱਥੇ ਦੀਪ, ਅਤੇ ਫਿਰ ਪੁੱਛਿਆ, ਕਹਿੰਦੇ 4 ਮਿੰਟਾਂ 'ਚ ਵੀ ਠੀਕ ਹੋਇਆ। ਇਸ ਕਰਕੇ ਉਹ ਮਗਰੋਂ ਪੁੱਛਿਆ ਵੀ ਕਿਹੜੀ ਸਬੱਦੀ ਆ, ਵੱਡੀ ਸਬੱਦੀ ਹੈ ਜਾਂ ਛੋਟੀ, ਕਹਿੰਦੇ ਸੀ ਛੋਟੀ ਸਬੱਦੀ ਹੈ। ਇਸ ਕਰਕੇ ਸਾਧ ਸੰਗਤ ਹੁਣ ਪ੍ਰੇਮ ਮੂਹਰੇ ਨੇਮ ਨਹੀਂ ਰਹਿੰਦਾ। ਕਈਆਂ ਦੇ ਐਸੇ ਵੀ ਬਾਬਾ ਜੀ ਸੱਚੇ ਪਾਤਸ਼ਾਹ ਘਰੇ ਜਾ ਕੇ ਮਿਹਰ ਕਰਦੇ ਨੇ, ਐਸਾ ਮਾਲਕ ਸਾਨੂੰ ਮਿਲਿਆ, ਮਾਲਕ ਧੁਰ ਦਰਗਾਹ ਦਾ ਆਪਣੇ ਸੇਵਕਾਂ ਦੇ ਘਰੇ ਜਾ ਕੰਮ ਕਰਦਾ, ਫਿਰ ਆਪਾਂ ਨੂੰ ਫਿਕਰ ਹੋਣ ਕਾਹਦਾ। ਇਸ ਕਰਕੇ ਆਓ ਵੱਡੇ ਭਾਗਾਂ ਵਾਲੇ ਹਨ, ਸਤਿਗੁਰਾਂ ਜੀ ਨੇ ਕਿਰਪਾ ਕੀਤੀ ਹੈ, ਗੁਰੂ ਸਾਹਿਬ ਬੋਲੇ ਹੈ, ਇੰਨੀ ਸੰਗਤ ਆਈ
आई आ संगत। बाबा जी मोहर लाया करते सन जो ऐसे सोहने समागम से हुक्मनामा आ जाए ना गुरु रामदास पातशाह का। बाबा जी कहते 68 तीर्थां का फल मिल जाता, 68 तीर्थां का फल मिल जाता। रामदास सरोवर नहाते, आप सारे ने इनान कर लिया गुरु रामदास पातशाह दे। गुरु रामदास दे दास बन के बैठे आप सारे, दास बन के बैठे ना जेड़ा वो गुरु रामदास दे सरोवर विच इनान हो गया। रामदास सरोवर नहाते सब उतरे, सब उतरे पाप कमाते, निर्मल होए कर शनाना, मन निर्मल हो गया, मन की सफाई हो गई, पिछलियां बुराइयां पाप कटते गुरु साहब ने। यह मोहर लाई सच्चे पातशाह जी ने, निर्मल होए कर शनाना गुरपूरा कीने दाना। पूरे गुरु ने दान देता आपां नूं, रास्ता देता भी गुरु नानक तो वड्डा कोई नहीं, सब ते वड्डा सतगुरु नानक, गुरु रामदास गुरु नानक वड्डा है। इस करके आओ माई भाई अमृत वेले जरूर उठो, उठिया करो। ये गौर मर्यादा दरगाह दी एक मनमत है, एक गौर मत है। गौर मत का फैसला गुरु की दरगाह की मत का फैसला, अमृत वेले जरूर उठो, उठ के करो शनान। शनान करके जो ड्यूटी है कथा दी है, कीर्तन दी है, जोड़ी बजाउण दी है, कोई कैंसियां टल्लियां बजाउण दी है, जां महापुरश है उत्थे ठाठां च रहिंदे गुरु प्यारे, जां फिर बैठ के कस के शरीर नूं गुरु नानक दे ध्यान विच नितनेम सिमरन करो, जपो आदि सच जगाद सच हैपी सच नानक वसी पी सच, जिहनूं कहिंदे मूल मंत्र। मंत्र है गुरु साहिब नूं मिलिया दरगाह चो, जिहड़ा मंत्र है इको मुकार तो ला के गुरप्रसाद तिकर है। मंत्र का अर्थ मूल है, मूल है जप आदि सच। आपां गया सच नहीं मनना, आया सच मनना है। आपां उहनूं जपना जिहड़ा आया होया, गया नहीं, जिहड़ा गया उहनूं जपण दा की फायदा। जगाद सच, जिथे मर्जी जिस जगह ते बह जाओ उत्थे ही सच मनना है भी इत्थे ही गुरु नानक है। मूँह नहीं वेखना भी इधर नूं मूँह करना जां इधर नूं करना। इस करके है भी हुण भी सच, है भी सच नानक होसी भी सच। कई कई मौके बाबा जी ऐं बाणी करदे दुआन च बैठे, वड्डे बाबा जी ऐं बचन कर जांदे सन, आद सच जगाद सच है भी सच नानक हो पी सच। इं आए बाबा जी दोने हाथ जोड़ के वचन कर देते सन, तो संगत ने एकदम तकड़ा भी बाबा जी कहते हो पी सच, गुरु नानक बैठा। इस करके अपना कर्म चंगा, कोई महापुरख किसी ना जोड़दा, कोई पत्थर की मूर्ति ना जोड़दा, किसी ना जोड़दा, कोई जंड वाले ना जोड़दा। बहुत निके निके बंदे दे थोड़े थोड़े पुन हन बेचारियां दे, कोई किसी ना जोड़दा, कोई बकरियां ना जोड़दा। भई बहुत सौखी ठंडी हवा आ रही है, जितों दरगाह चो ठंडी हवा अपने ते पै रही है, असीं बड़े भागां वाले हाँ। इस तरह अमृत वेले उठो माई भाई, शनान करके नितनेम करो, जिन्हें बेगमाए बाहरले ठाठा तो सारे प्रशादा पानी छक्यो ते प्रशाद लेओ, ते बाबा जी की मेहर बात रही है। हुण फिकर कोई नहीं है, शरीर नूं कोई तकलीफ नहीं है, एक फिकर रहिंदा भी आया मुड़े ना खा ली ना मुड़े, बस होर कोई गल नहीं है। बई बाबा जी की मेहर वरतदी है, सारे भांडे न भरते है, कोई दुध बनियो औखा, कोई पुत बनियो औखा, कोई धी बनियो औखा, कोई जवाई बनियो औखा, कोई पुत बनियो औखा, कोई किसी का पोता है नहीं पोते बनियो औखा, कोई बैंगवा बनियो औखा, कोई काहे बनियो औखा। इस करके बाबा जी ने औखे वाली गल खात्म ही करती है। चार से जिधर वेखा तू ही तू, कबीर तू तू करता तू हुआ, मझ मैं रहा ना हूँ, हुण हूँ खत्म हो गई है। जद आपा परका मिट गया जत देखा, बस हुण गल इत्थे चली गई है, जद तू देखा तू ही तू नजर आना,
इस करके आओ बाबा जी ने कमी कोई नहीं दी इस धरती ते ना हजूर ने मोर लाई है नानक दुखिया सब संसार संसार दी गल लिखी है पर जेड़े बंदगी करते ना महापुरख वो संसार तो बाहर होंगे उन्होंने वास्ते नहीं है भी नानक दुखी आ सब संसार सो सुखी आ किस नाम आधार बाबा जी ने कृपा करती है सिफत जिन्ना को बख्शी है सही पोतेदार कुंजी जिन को दिती है तिना मिले भंडार भंडारी ही गुण निकला है इस करके हुण भंडारी दे विचों भंडार दे विचों गुण निकल रहे हैं जिहड़े अपने वरतों विचों ने सुआओ माई पाई वड्डे भागां वाले है अमृत वेले उठो इनान करो नितनेम करो सतगुरु सच्चे पातशाह दे दर्शन करो सारिआं नूं फिर लख लख वधाई होवे वड्डे भागां वाली संगत है इस करके टुटण विच घट है जुड़न विच ते जोड़न विच बहुत वाधा वाधा ते इस करके सासु संगत अगे नूं बाबा दी मेहर है भी ज्यादे आउंदी है पर बाबा जी थोड़ा वचन करते जिहड़े दसण वाले गुरु प्यारे ना अपने उन्होंने सगत मर्यादा दसो नहीं मर्यादा सगत है भी जिहड़ा टपला नहीं बजदा झूठ नहीं बोलिया जाता भी अंबर छकना पो दाढ़ी केस रखने पैनी दाढ़ी केस कई बेचारियां बीबियां आउंदियां पुत्तर लैण सौ चक्की फिरनगियां भी घर वाला कहते कहिंदी गड्डी च बैठ कि वह कहना मैं नहीं जाना हूँ यदा हल की है यदा हल कोई नहीं जी लाद आ ना बंदे दे करमा च होंदी है लाद बंदे दे करमा च होंदी है इस करके साध संगत अद्धा सुख माता नूं हुंदा माता नूं लाद पुत्र जिहड़ा प्यो दे करमा च हुंदा बेशास्त्र दा कथन इस करके आओ इवें जे किसी नूं दसणा ना कई आउंदे बहुत है कई बेचारे बनावटी पग कहते पग बन के जाई तो फिर बाबा जी प्यार करनगे जो कहिंदा ना उदों ही गल आ जाती भी वह फलाना ऐ आउंदा भी पग बन नहीं आउंदा इस करके सास जो पाकिस्तान तो जहाज उठता ना उड़दा हलवारे उदों ही पता लग जाता भी पाकिस्तान तो जहाज खतरे का उड खड़िया इस करके सास तो उदों ही पता लग जाता कि एडा वड्डा दरबार है गुरु नानक का तो इस करके ये नहीं है भी हलवारे आन के बंब सट जूगा ना रास्ते दे बेची फिरोजपुर हद नहीं लंघने वालों तड़ू तड़ू हो जाने इधरलियाँ तोपां ने सट लेना जहाज न इस करके सा संगत कोई ये ना कहे भी मैं वधनी आन के बंब सट दूंगा नहीं जितों उड़ना ना उदो चार करमों ने तुर नहीं देना आओ आपां नूं समा मिलिया वाहेगुरु नाम जहाज है चढ़े सोतरे पार जो सरदा कर सेम दे गुरपार अतार नहार सो बहुत सोहने शब्द लाया गुरु प्यारे ने लख खुशियां पातशाहियां किन्नी खुशी है सारियां नूं बाबा जी कहिंदे ऐ बैठिया तो हजूर की मेहर दा जे विराग भी आ जाए ना गुरु का विराग आ जाए एक भी इंज निकल आए अख चो विराग दी वह गल होर है रोना होर है पिटना विराग दी एक भी इंज निकल आए तो सत जन्म के पाप धो दिंदी है धो दिंदी है कहिंदे महापुरख कोई हास रस का वचन कर देन कर देन ते कहिंदे संगत सारी जिन्नी बैठी है 50,000 हस पैंदी है कहिंदे जद संगत हसदी है ना ते ओ टाइम ते कहिंदे अनेकां 32 रोग शरीर दे टुट जांदे आ 32 रोग हार्ट दा नुक्स चेता भुल जांदा हार्ट का नुक्स चेता जो महापुरख हसाते हैं उदो कहते दिमाग की आप सिटी है जी खत्म हो जाती है खत्म हो जाती है इवें साध संत बाबा जी हास रस के वचन करते सन बाबा जी विराग के ही वचन करते सन मन विराग पिया दर्शन देखने घर चाओ सुथरे ने बेनती करती एक सेठ ने तो सुथरा प पैसे लेके ना गोंदवाल दुध पींदा रहा किसी सेठ तो दुकान तो जो सेठ ने मंगे ना पैसे सुथरे तो भी सुथरे पैसे दे ते ओ की कहिंदा ओ कहिंदा जा तू मेरे वल तक्या मछंदा तुद सब कुछ मैनू सौंपिया जा तेरा बंदा लक्ष्मी तोट ना आवई खाए खर्च रहंदा
लख 84 मेदनी साहब सेव करन दा ए बैरी मित्र साहब कीता ना मंगा मंदा कहंदा साडा नहीं लेखाणा लेखा कोई ना पुछे ही यार वकसंदा मैं नहीं तेरे कोई पैसे पूछ देने साडा लेखा लूखा कोई नहीं है। उन्हें आख्या जे मैनू होर ज्यादा के तकड़ा बहुत सुतरा नरवा है भी होर ना भी ढा लवे दस बजे तख्त ते बैठे छे पाश सेठ नू टाइम लगे सेठ ने आख्या जी एह जे सिख है भी दुध पींदा रहा महीना तो मैं पैसे मंगे पैसे मुकर गया। गुरु साहब कहते सुथरे आ उरे आ कहते भाई ये गुरमर ज्यादा नहीं है भी पैसे दुध पी लिया तो पैसे मुकर गया। कह लगा जी मैं पाठ सुनता सी पाठ दे कोई अर्थ नहीं सी बनता पाठ दे अर्थ नहीं सी बनता इस करके सच्चे पातशाह जी मैं फिर दुध पी के ने केते लै लै मुकर पाए इस करके मैं उदा अर्थ बनाया। बाबा जी कहते गां पंक्ति पढ़ बाबा जी कहते मूर्ख खाई कहता जी मैं तो इन याद की है होर किसी पढ़ा लो मैं तो दुध जोगी याद की गां होर किसी पढ़ा लो ये पंक्ति इस करके बाबा जी के ऐसे वचन होंगे सी इस करके मतबली स्वार्थी ना पढ़ो तो बाबा जी कहते भावना के नाल विराग के नाल सतगुर का दर्शन करो सो अमृत वेले उठो गुरु नानक दे ते अंतरो माई भाई गुरसिख खुशियां लेके जायो बड़े भागा नाल सवा मिलिया गुरु नानक दा ध्यान धरिया करो देखो संगत बाबा ईशर सिंह दी ते सरूप गुरु नानक दा ते दर्शन बाबा आनंद सिंह दा अपना कर्म तो मैं कहना बड़ा वधिया आपां चंगे थान डिगे हुए हाँ इस करके भागा दे नाल सवा बणिया सो पहरा दिओ कमाई करांगे की मिलेगा लोक सुखीए परलोक सहेले नानक प्रभु आपे मेले कृपा कीती है बाबा जी ने सारे बाबा जी की कृपा भिंगमा तो गुरबाश जी तो सरोपे लेके जायो जिहड़े भिंगम बाहरों आए वे आ ठाठा दे विचों इस करके सास बारे ठाठा दे विचों तो इतों इको ही गल ही है बाबा जी मेहर ही है शक्ति चक्कर लाउंदी है सारे सारे ठाठा चक्कर लगता है इस करके वो नहीं है तो बाबा ने मेहर है तो इस करके सात संत सारे गुरु प्यारे प्रसाद पानी छको जल पानी छक के खुशियां लेके जायो दरगाह है दरगाह चो आप आए हैं सिर्फ बाबा जी का ध्यान धरो गुरु नानक का सारे रसना पवित्र करिए सब उतरे पाप कमाते रामदास सरोवर नाते पढ़ो उतरे पाप कमाते दास सरोवर नाते सब उतरे पाप कमाते रामदास सरोवर नाते 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 सब उतरे पाप कमाते रामदास सरोवर नाते सब उतरे पाप कमाते रामदास सरोवर नाते सब उतरे पाप कमाते रामदास सरोवर नाते उतरे पाप कमाते रामदास सरोवर नाते उतरे पाप कमाते रामदास सरोवर नाते आओ अति वड्डे भाग हन कर्मां दे नाल सवा मिलिया बाबा जगतार सिंह जी भी आए है कहते सी मैनू टाइम दिओ थोड़ा जिहा मैं धारना लाउणी है ते इस करके सात संगत बाबा जी ने कृपा कीती है कहते मैं भी टाइम जरूर लाउणा अज खुशियां दा दिहाड़ा है इस करके सारे भागां वाले आ गुरु अर्जन साहब पातशाह जी ने ऊँ सारिया पातशाहियाँ बराग ही है सारे पातशाहियों के बराग का छिट्टा दिता गुरु साहब ने इस करके हंकार का नहीं दिता है जिते भी कित छेवें पातशाह जी ने फजदे खां जंग भी किया तो नैन भरे आए
छेवें पातशाह, छेवें पातशाह ने आख्या आख्या भाई देख मैं तेन पुत्रा वगू पालिया सीगा, मेरा जी नहीं करता भी तेरे ते वार कर, भद्दा शब्द नहीं बोले। तो सात संगत पैदे ने खां ने आख्या ये जंग का करना रण है, रण भूमि है, इतने प्यो पुत्र का कोई रिश्ता नहीं रह गया। गुरु जी कहते मेरा जी नहीं करता तेरे ते वार करा, तू वार कर ला। उस ते माया पई सी, उन्हें मूर्ख ने फिर भी ना पछाणिया, उन्हें ताड़ ताड़ हजूर ते तीन बार किते, वार किते हजूर ने ढाल ते वार सहे, उहदी तलवार टुट गई नरुआ वाला सी। तो हजूर ने अपनी तलवारां खिंच के कढ के कहिंदे लै हजे भजना शक ना रह जाए तलवार फड़ ला। तलवार उन्हें चकता लई पर चलाउण दी सत्या ना रही। गुरु जी ने घोड़ा मूहरे ला के, गुरु जी कहिंदे पैदे कहां हुण तू जा ना, फिर मुसलमान दे घरे जन्म मिलेगा। हजूर ने पब्बा पार हो के ना दोहे हत्थां दे नाल पैदे खां दी धाउण ते वार किया। गुरु जी ने ओ नहीं किया मैं वार किया, गुरु जी कहिंदे मैं तैनूं दसदा है भी इंज वार नहीं करीदा, इंज करीदा। दस जेठ दा दिन सीगा, हजूर घोड़े तो उतर खड़े ते ढाल दी छां कीती ते नेत्रां च जल आ रहा सी। गुरु जी कहिंदे पैदे खां बिधी चंदा आपां इहनूं मारिया नहीं आ, ते की आख्या पैदे खां तेरी रूह नरकां नूं जा रही है। ते गुरु जी कहिंदे मैनूं दुख दी गल बहुत है ते तू कलमा पढ़ ला। पैदे खां ने आख्या गुरु जी करमा दी लोड़ नहीं, अंत दा समा मेरा मुख तुहाडे वल है ते मेरी जान निकल रही है, इस करके तुहाडा खंडा ही कलमा बन गया। इन्नी निवरता अपने गुरु दे विच। ते गुरु साहब ने आख्या पैदे बिधी चंदा आपां इहनूं बामण दा जामा दित्ता है, हुण जनेऊ पाऊगा, आपां इहनूं जामा देणा है। इहों आख्या मुसलमान तो पंडित दा जामा देवांगे। गुरु जी कहिंदे इहनूं कतल नहीं कीता, इहदे जनेऊ पाया। किन्नी निवरता साडे गुरु च, गुरु पंचवें पातशाह च किन्नी निवरता। गुरु साहब नूं बेनती कीती पातशाह संगतां नूं कुछ सुणाओ। बाबा बुढ़ा जी ने आख्या संगतां आउंदियां ते तुसीं हथ जोड़ के सवा महीना हो गया संगतां च बैठ के चले जाने आ, संगतां बराह करदियां गुरु रामदास दा, ते कृपा करके संगतां नूं जोड़ो। गुरु अर्जन साहब कहण लगे पातशाह पहला मैनू कोई जोड़ो। देखो जो जोड़न का जिक्र कर रहे हैं, जोड़ो आप जोड़ो। गुरु अर्जन साहब कहते पहला मैनू कोई जोड़न वाला हो, जड़े मैनू विछोड़ा पिया वा गुरु रामदास का, तो आख्या जोड़न वाला हो। बाबा बुढ़ा जी कहते पातशाह जे कोई जोड़न वाला मिल गया, फिर मिल गया उस तो फिर गुरु साहब ने वचन किया हर सिंह देव जोर ते कोई जन हर सिंह देवा जोर, हर सिंह देवा जोर ते कोई जन हर सिंह देवा जोर, हर सिंह देवे जोर ते कोई जन हर सिंह देवे जोर, हर सिंह देवे जोर ते कोई जन हर सिंह देवे जोर, हर सिंह देवे जोर ते कोई जन हर सिंह देवे जोर, हर सिंह देवे जोर ते कोई जन हर सिंह देवे जोर। बाबा बुढ़ा जी कहते जे कोई जन उठ खड़िया जोड़न वाला मिल गया फिर की उन्हूं देंगे। गुरु अर्जन साहब जी कहते चरण गहो बको सुब रसना, चरण गहो बको सुब रसना, बको सुब रसना, चरण गहो बको सुब रसना, चरण गहो बको सुब रसना, चरण गहो बको सुब रसना, दीजा प्राण अकोर हर सिंह देवा जोर, हर सिंह देवा जोर ते कोई जन हर सिंह देवा जोर, हर सिंह देवै जोर ते कोई जन हर सिंह देवै जोर, हर सिंह देवै जोर ते कोई जन
हर स्यों देवै जोर स्यों देवै जोर ते कोई जन हर स्यों देवै जोर हर स्यों देवै जोर ते कोई जन हर स्यों देवै जोर दास ए तोड़ा चाड़दा भी जोड़ो ते जुड़िया जुड़ गया जे कोई जोड़िए कहाँ जोड़ो बहुत गल औखी है आपां जोड़ांगे तो किसी नूं जोड़ सकते ने जोड़ नहीं सकते जोड़ सकते बाबा बुढ़ा जी ने आख्या जे कोई उठ खड़िया विचों जोड़न वाला फिर की दोगे गुरु अर्जन साहब कहिंदे चरण गहो गुरु जी कहिंदे मां गुरु अर्जन साहब कहिंदे मैं उठ खड़ूँ आसन तो उठ के उहदे चरण फड़ लूँ चरण गहो बको गुरु जी कहिंदे मैं रसना तो बचन करदा कहिंदा नहीं मैं बको सब रसना मैं अपनी रसना तो कह रहा भी कोई उठो संगत विचों भी जोड़न वाला मिलो मैनू जो जोड़न वाला सब रसना दीजा प्राण कोर मैं अपने प्राण कढ़ के इन्हों के पैरों के थले बिछा दूँ गुरु अर्जन साहब कहिंदे कोई टुटी हुई आत्मा गुरु नानक दे नाल जोड़न वाला मिल जाए गुरु अर्जन साहब कहिंदे मैं अपने प्राण कढ़ के ना उहदे चरणा थले बिछा दूंगा इउं अर्थ बनता है इहदा सुआओ माई पाई फिर रसना पवित्र कर लो हर स्यों देवा जोर ते कोई जन हर स्यों देवा जोर हर स्यों देवा जोर ते कोई जन हर स्यों देवा जोर हर स्यों देवै जोर ते कोई जन हर स्यों देवै जोर हर स्यों देवै जोर ते कोई जन हर स्यों देवै जोर हर स्यों देवै जोर ते कोई जन हर स्यों देवै जोर हर स्यों देवै जोर ते कोई जन हर स्यों देवै जोर ठंड वाली जोत लेते आए मेरे बाबा जी सचखंड वाली जोत लेके आए मेरे बाबा जी सचखंड वाली जोत लेके आए मेरे बाबा जी सचखंड वाली जोत लेते आए मेरे बाबा जी सचखंड वाली जोत लेते आए मेरे बाबा जी सचखंड वाली जोत लेके 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 आए मेरे बाबा जी श्री वाहेगुरु जी राम तुली माला तिदा आनंद तंता सतगुर प्रसाद प्यारी माए सतगुर में पाया सतगुर ता पाया सहज सेती मन वदियां वधाइयां बार पढ़ियां चल जा वड़ाइयां सतोता गावो हरि के राम मन जनी वसाया आनंद होआ सतगुर में पाया मन मेरा तू सदा रहूं हर नाले तू मन मेरे दूजा बिचाना अंगीकार हो करे तेरा कार्य सब सवारना स्वामी जो तो इशारे नानक मन मेरे सदा रहो हर नाले आते चाहे बाचा तो नहीं तो तेरे तेरे सब कुछ है जिस दे सो पावे तेरा चिट्ठा तेरी नाम दिचारे नाम जिन के मन से आवाजे शब्द कनेरे मेरा जिन भुखा सब गवाइया
ਗਿਆਨ ਕੀਤਾ ਗੁਰੂ ਵਿਟੋ ਜਿਸਦੀਆਂ ਇਹ ਵਡਿਆਈਆਂ ਭਾਗੀ ਹੋ ਸਗਲ ਮਨੋਰਥ ਪੂਰੇ ਹਤੂਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਬੰਦੂੜੂ ਪਾਣੀ ਪਿਤਾ ਪਾਣੀ ਪਿਤਾ ਸਤ ਮਾਤ ਚੜਾਤ ਦੋਏ ਰਾਹੀ ਰਾਇਆ ਖੇਲੇ ਛਦਲ ਜਦ ਨਾਨਕ ਤੇ ਮੁਖਿਓ ਜਲੇ ਕੀ ਛੁੱਟੀ ਨਾਲ ਜਿੰਨੀ ਨਾਮ ਤਿਆਰਾ ਨਾਨਕ ਤੇ ਮੁਖਿਓ ਜਲੇ ਕੀ ਛੁੱਟੀ ਨਾਲ ਸ੍ਰੀ ਵਾਹਿਗੁਰੂ ਜੀ ਜੀ ਫਤਿਹ ਸ੍ਰੀ ਪੌਦ ਵਾਹਿ ਵਾਹਿ ਸ੍ਰੀ ਪੌਦ ਦੀਦੀ ਜੀ ਪਾਤਸ਼ਾਹ ਦਸ਼ਮੀ ਵਿਚਨ ਜੋਤੀ ਚਮਤੇ ਜੋ ਨਾ ਲਈ ਤਿਆਰ ਰੰਜਨ ਦੇ ਅਮਦਾਰ ਆਂਦਾ ਚੌਵੀ ਚਾਰ ਹਦਨ ਜੋ ਬਿੰਦਨ ਚਿੰਦੋ ਚਿੜੀ ਰਾਏ ਚਿੜੀ ਆਰਤੀ ਚੰਦ ਤਿਆਏ ਚਿੱਟੇ ਚਰ ਦੂਰ ਜਾਏ ਦੂਰ ਤੇ ਬਹਾਦਰ ਚੁੰਡੀਏ ਤੁਹਾਨੂੰ ਦੇ ਆਵੇ ਤਾਏ ਦਸਵੇਂ ਪਾਤਸ਼ਾਹ ਸ੍ਰੀ ਜੋ ਵੀ ਸਿੰਘ ਧਰਤੀ ਸੱਤੇ ਪਾਤਸ਼ਾਹ ਜੀ ਤਥਾਏ ਧਿਆਨ ਤੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪਾਤਸ਼ਾਹ ਤੇ ਬੋਏ ਤਨਾਨ ਤੇ ਦਾਦ ਹਲਤ ਪਲਤ ਰਚਾ ਤਲੋ ਲੋਤੇ ਚਾਇ ਦਿੱਤੇ ਬਾਦ ਦਛਣ ਦੀ ਦਾਦ ਦਿੱਤਾ ਧਿਆਨ ਸਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਤਾਤਾ ਸਾਜਾ ਦੇ ਪੰਜ ਪਿਆਰੇ ਤਾਲੀ ਉੱਤੇ ਚੂ ਤਾ ਚੂ ਪੱਤਾ ਠੀਆਂ ਦਤੀਆਂ ਛਤੀਆਂ ਛਤੀਆਂ ਚੂ ਚਿੰਦਵਾਨਾ ਛਿੱਦਾਂ ਜਾਰਾ ਚਿੰਦਾਂ ਦੁਆਈ ਦਾ ਧਿਆਨ ਤੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਤੂੰ ਦੁਆੜਿਆ ਟੰਡਿਆ ਬੁੱਝਿਆ ਨਿਸ਼ਾਨਾ ਧੰਨ ਜੀ ਦੇ ਨਾਮ ਵਧਣ ਦੀ ਵਾਲੇ ਚਾਨਾ ਦਾ ਧਿਆਨ ਤੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕਾਲਪੁਰ ਸੰਤ ਰਾਮੀ ਸਿੱਧੂ ਨਾਨ ਦੇ ਰੰਟਾ ਸੱਤੇ ਪਾਤਸ਼ਾਹ ਜੀ ਦੂਰ ਦਾਤ ਬੇਨਤੀ ਹੈ ਸਰਬਤ ਦਾ ਭਲਾ ਬੋਲੇ ਚੋਣਿਆ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਜਸ ਗਾਇਓ ਸੰਤ ਜਨਾ ਮਿਲ
हर जस गायो संत जना मिल कोट जन्म के दुख गवायो कोट जन्म के दुख गवायो जो चाहत सोई मन पायो जो चाहत सोई मन पायो कर कृपा हर नाम दिवायो कर कृपा हर नाम दिवायो सर्व सुख हर नाम वडाई सर्व सुख हर नाम वडाई गुरु प्रसाद नानक मत पाई गुरु प्रसाद नानक मत पाई हर जस गायो संत जना मिल हर जस गायो संत जना मिल जस गायो संत जना मिल हर जस गायो संत जना मिल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह आओ सारे वड्या पागां वाले हां जिन्हां नूं इस पवित्र दरबार दे दर्शन करन दा समां खुशियां दे समागम दे विच मालक बाबा जी दी मिठी रसना दे विचों दरगाही प्रवचन सरवण करन दा समां प्राप्त होया है हुने ही मालक बाबा जी ने आप अपनी रसना दे विचों सब दी हाजरी लवाई बाबा जी ने फरमाया धर्म राज दी की मजाल गुरमुख प्यारो जे खड़ा होके नमस्कार न करें गुरमुख प्यारो बाबा जी ने हुने ही बचन फरमाए आओ सारे वड्या पागां वाले हाँ जिन्हां नूं इस पवित्र दरबार दे दर्शन करन दा समां प्राप्त होया है सारियां सिख संगतां गुरमुख प्यारो बाबा जी ने बचना विच फरमाया जोड़न वर्गा पुन्नी जोड़न वर्गा पुन्नी तोड़न वर्गा पापनी गुरमुख प्यारो जेड़ा आप जुड़िया है ओही दूसरे नूं जोड़ सकदा है गुरमुख प्यारो आओ सारे तंता दे योग हां जिन्हां